ਕਿਵੇਂ ਸੋਹਣੇ ਹੋ? ਕਿਉਂ ਮੈਨੂੰ ਐਵੇਂ ਰੋਜ਼ ਰੋਜ਼ ਤੰਗ ਕਰਦਾ? ਕਿਉਂ ਰਸਤਾ ਘੇਰਦਾ ਮੇਰਾ? ਮੈਂ ਤੰਗ ਕਰਨ ਨੂੰ ਹਟ ਜੂੰਗਾ, ਤੂੰ ਹਾਂ ਕਰ ਦੇ। ਮੈਂ ਤੈਨੂੰ ਬਹੁਤ ਪਿਆਰ ਕਰਦਾ। ਦਿਮਾਗ ਸੈੱਟ ਹੈ ਤੇਰਾ? ਮੇਰਾ ਸੈੱਟ ਹੈ, ਪਰ ਤੇਰਾ ਨਹੀਂ ਸੈੱਟ। ਮੈਂ ਦਿਮਾਗ ਸੈੱਟ ਕਰਨਾ ਵੀ ਨਹੀਂ ਚਾਹੁੰਦੀ, ਨਾਲੇ ਮੈਂ ਚੱਕਰਾਂ ਤੋਂ ਨਾ ਬਹੁਤ ਦੂਰ ਹਾਂ। ਤੂੰ ਵੀ ਮੇਰੇ ਤੋਂ ਦੂਰ ਹੀ ਰਿਹਾ ਕਰ। ਨਹੀਂ ਤਾਂ ਮੈਥੋਂ ਨਹੀਂ ਰਿਹਾ ਜਾਂਦਾ, ਪਲੀਜ਼ ਮੇਰੇ ਬਾਰੇ ਸੋਚ ਕੇ ਦੇਖ, ਇੱਕ ਵਾਰੀ ਸੋਚ ਲੈ। ਮੈਂ ਤੈਨੂੰ ਬਹੁਤ ਪਿਆਰ ਕਰਦਾ, ਤੈਨੂੰ ਖੁਸ਼ ਰੱਖੂੰਗਾ। ਹਰ ਦੁਨੀਆ ਦੀ ਖੁਸ਼ੀ ਨਾ ਤੇਰੀ ਝੋਲ 'ਚ ਪਾ ਸਕਦਾ ਮੈਂ। ਮੈਂ ਇੰਨੀ ਹਿੰਮਤ ਰੱਖਦਾ ਮੈਂ। ਚੱਲ ਚੰਗਾ, ਤੂੰ ਜਾ ਹੁਣ, ਮੈਂ ਤੈਨੂੰ ਸੋਚ ਕੇ ਦੱਸ ਦੂੰਗੀ। ਪੱਕਾ? ਨਾ ਨਾ ਕਰਦੀ, ਮੈਨੂੰ ਹਾਂ ਹੀ ਚਾਹੀਦੀ ਤੇਰੀ। ਤੂੰ ਐ ਚੁੱਪ ਜੇ ਕਰਕੇ ਬਹਿ ਗਈ ਉਕੜੇ? ਨਹੀਂ ਬੇਬੇ, ਵੈਸੇ ਬਹਿ ਗਈ ਬਸ। ਪੁੱਤ ਕੀ ਗੱਲ, ਮੈਨੂੰ ਗੱਲ ਤਾਂ ਦੱਸ, ਐਂ ਜੇ ਬਹਿ ਗਈ ਤੂੰ? ਓਹੋ ਬੇਬੇ, ਗੱਲ ਕੋਈ ਹੈ ਹੀ ਨਹੀਂ ਗੀ, ਬਸ ਮੈਂ ਤਾਂ ਵੈਸੇ ਹੀ ਬਹਿ ਗਈ, ਥੱਕੀ ਆਈ ਸੀਗੀ। ਤੈਨੂੰ ਪਤਾ ਇੰਨੀ ਦੁਪਹਿਰ ਚ ਤੁਰਨਾ ਸੌਖਾ ਪਿਆ। ਉਹ ਤਾਂ ਠੀਕ ਆ, ਫਿਰ ਵੀ ਐਂ ਅੱਗੇ ਤਾਂ ਕਦੇ ਬੈਠੀ ਨਹੀਂ, ਰੋਜ਼ ਹੀ ਆਉਣੀ ਆ। ਨਹੀਂ ਨਹੀਂ ਕੋਈ ਗੱਲ ਨਹੀਂ ਹੈਗੀ, ਪਾਣੀ ਪੁਣੀ ਲਿਆ ਕੇ ਦੇਵਾਂ? ਕੋਈ ਨਾ, ਬਸ ਪਾਣੀ ਦੀ ਤਾਂ ਲੋੜ ਨਹੀਂ। ਫਿਰ ਮੈਨੂੰ ਗੱਲ ਦੱਸ, ਐਂ ਤਾਂ ਕਦੇ ਤੂੰ ਬੈਠੀ ਨਹੀਂ ਹੈਗੀ ਚੁੱਪ ਜਿਹਾ ਕਰਕੇ, ਗੱਲ ਤਾਂ ਕੋਈ ਹੈਗੀ ਆ? ਕੀ ਹੈ ਬੇਬੇ, ਕੀ ਗੱਲ ਦੱਸਾਂ, ਜਦੋਂ ਗੱਲ ਹੀ ਨਹੀਂ ਹੈਗੀ ਕੋਈ, ਚੱਲ ਤਾਂ ਐਵੇਂ ਟੈਨਸ਼ਨ ਲੈ ਕੇ ਬਹਿ ਜਾਂਦੀ ਹੈ ਛੋਟੀ ਜੀ ਗੱਲ ਦੀ। ਹੋਰ ਨਾ ਮੂੰਹ ਦੇਖ ਕੇ ਦੱਸ ਦਿੰਦੀ ਆ, ਮਾਂ ਨੂੰ ਪਤਾ ਨਹੀਂ ਹੁੰਦਾ। ਪੇਪਰ ਨੇੜੇ ਆਉਣ ਵਾਲੇ ਨੇ, ਤਾਂ ਕਰਕੇ ਬਸ ਟੈਨਸ਼ਨ ਜੀ ਆ। ਅੱਛਾ ਚੱਲ ਕੋਈ ਨਹੀਂ, ਫਿਰ ਮੈਂ ਚਾਹ ਚੁਦਾ ਬਣਾ ਦਿਆਂ, ਥੱਕੀ ਆਈ ਹੈ। ਚੰਗਾ ਬੇਬੇ, ਬਣਾ ਲੈ। ਹੋਰ ਚੱਲ ਠੀਕ। ਚਰਨੇ ਬਾਈ ਕੱਪੜੇ ਧੋਈ ਜਾਂਦਾ ਹੈ? ਉਹ ਕੱਪੜੇ ਧੋਂਦਾ ਸੀਗਾ, ਰਾਜ ਅੱਛੀ ਰਹਿ ਜਾ, ਫਿਰ ਧੋ ਲੂੰਗਾ। ਸਰਾਂ ਦੀ ਤੇਰੇ ਘਰ ਵਾਲੀ ਆ, ਹੈ ਤੇਰੀ ਜਾਨ ਸੁੱਟ ਗਈ, ਅੱਗੇ ਹੱਥੀ ਲੱਗਿਆ ਰਹਿੰਦਾ ਸੀ। ਕਾਹਨੂੰ ਘਰ ਵਾਲੀ ਕਹਿਣਾ, ਹੱਡ ਤੇ ਮਾਰਦਾ, ਹੱਡ ਤੇ ਸਭ ਪਤਾ ਮੈਨੂੰ ਤੇਰਾ। ਉਦੋਂ ਲੋਕਾਂ ਨੇ ਤੈਨੂੰ ਬੜਾ ਸਮਝਾਇਆ, ਉੱਤੋਂ ਕਹਿੰਦਾ ਮੇਰਾ ਭਰਾ, ਮੇਰਾ ਭਰਾ, ਮੇਰੀ ਭਰਾ ਦਾ ਸਾਰਾ ਕੁਛ ਮੈਂ ਹੀ ਆਦਾ। ਲੈ ਵਿਆਹ ਕਰਾਇਆ ਨੂੰ ਸਾਲ ਨਹੀਂ ਹੋਇਆ, ਉਹ ਭੱਗ ਗਿਆ ਸ਼ਹਿਰ, ਇੱਥੇ ਇਕੱਲਾ ਭੁੰਗਦਾ, ਫਿਰ ਪਕਾਈ ਜਾ ਰੋਟੀਆਂ। ਫਿਰ ਤੂੰ ਮੈਨੂੰ ਐਂ ਦੱਸ, ਇਹਦੇ ਮੇਰਾ ਕੀ ਕਸੂਰ? ਮੈਂ ਤਾਂ ਐਂ ਦੇਖ ਜਿੰਨੀ ਕਸੂਰ ਤੇਰਾ ਇਹੀ ਹੈ, ਤੂੰ ਵਿਆਹ ਨਹੀਂ ਕਰਾਇਆ, ਪਹਿਲਾਂ ਤੂੰ ਆਪ ਦਾ ਵਿਆਹ ਕਰਾਉਂਦਾ, ਆਪ ਹੀ ਹੋ ਜਾਂਦਾ ਦਾ। ਚੱਲ ਐਦਾਂ ਸ਼ੁਕਰ ਰੱਖ, ਮੇਰੇ ਕੋਲ ਪੈਸੇ ਸੀਗੇ, ਜਿਹੜਾ ਕਹਿੰਦੇ ਨੇ 35-40 ਲੱਖ ਰੁਪਈਆ ਮੇਰੇ ਕੋਲ ਸੀ, ਮੈਂ ਉਹ ਨਹੀਂ ਦਿੱਤਾ ਉਹਨੂੰ, ਜੇ ਉਹਨੂੰ ਦੇ ਦਿੰਦਾ ਜਮੀ ਮਾਰਿਆ ਜਾਂਦਾ ਮੈਂ। ਅੱਜ ਰੱਖੀ ਬੈਠਾ ਪੈਸੇ ਪੈਸੇ ਤੈਨੂੰ ਪਤਾ ਤਾਂ ਹੈਗਾ, ਇੰਨੇ ਕੁ ਤਾਂ ਹੱਥ ਚੱਲਦਾ ਕਿ ਇਹ ਵੀ ਮੈਨੂੰ ਕਿਸੇ ਸਿਆਣੇ ਮਿਲਦਾ ਰਾਇ ਦਿੱਤੀ ਸੀ, ਕਹਿੰਦਾ ਜਮਾ ਨਾ ਹੱਥ ਵਟਾ ਲਈ। ਉਹ ਤਾਂ ਹੀ ਤਾਂ ਕਹਿਣਾ ਨਾ, ਕਿਸੇ ਸਲਾਹ ਲੈਣੀ ਨਾ ਹਾਰੇ ਬੰਦੇ ਤੋਂ ਲਿਆ ਕਰ, ਤਜਰਬਾ ਲੈਣਾ ਜਿੱਤੇ ਹੋਏ ਬੰਦੇ ਤੋਂ, ਤੇ ਦਿਮਾਗ ਤੂੰ ਆਪਦਾ ਵਰਤਿਆ ਕਰ, ਕਦੇ ਨਹੀਂ ਮਾਰ ਖਾਂਦਾ ਤੂੰ। ਸਹੀ ਗੱਲ ਆ ਤੇਰੀ ਆ, ਕਿਉਂ ਜਿਹੜਾ ਬੰਦਾ ਹਾਰਿਆ ਹੁੰਦਾ ਨਾ ਉਹਨੂੰ ਸਾਰੇ ਕਹਿੰਦਾ ਪਤਾ ਹੁੰਦਾ ਵੀ ਘਾਟਾ ਕਿਵੇਂ ਪਿਆ, ਘਾਟਾ ਕਿਵੇਂ ਪਿਆ। ਆਹੀ ਤਾਂ ਕਹਿਣਾ ਹੁੰਦਾ ਮੈਂ, ਜਿਹੜਾ ਤਜਰਬਾ ਹੁੰਦਾ ਗਾ ਉਹ ਬੰਦੇ ਨੇ ਜਿਹੜੇ ਨੂੰ ਆਇਆ ਹੈ ਉਹੀ ਦੱਸੂਗਾ ਵੀ ਇਹਨੂੰ ਤਜਰਬਾ ਕਿਵੇਂ ਹੈ। ਹਾਂ, ਜੇ ਦਿਮਾਗ ਆਪਦਾ ਵਰਤਾਂਗੇ ਤਾਂ ਫਿਰ ਹੀ ਆਪਾਂ ਜ਼ਿੰਦਗੀ 'ਚ ਅੱਗੇ ਵੱਧ ਸਕਦੇ ਹਾਂ, ਜੇ ਆਪਾਂ ਹੋਰ ਦਾ ਦਿਮਾਗ ਵਰਤਾਂਗੇ ਇਹ ਤਾਂ ਤੈਨੂੰ ਪਤਾ ਹੀ ਆ ਬਈ। ਪਰ ਇੱਕ ਗੱਲ ਹੋਰ ਵੀ ਕਹੀ ਹੈ, ਜਦੋਂ ਕਹਿੰਦੇ ਬੰਦੇ ਦੇ ਅਕਲ ਤੇ ਪੜਦਾ ਪਏ ਨਾ, ਸਮਝਾਉਣ ਵਾਲਾ ਵੀ ਗਲਤ ਲੱਗਦਾ, ਉਦੋਂ ਤੈਨੂੰ ਸਮਝਾਉਂਦੇ ਜੇ ਤੈਨੂੰ ਦੂਜੇ ਲੋਕ ਗਲਤ ਲੱਗਦੇ ਸੀ ਜੋ ਤੇਰੇ ਅਕਲ ਤੇ ਪੜਦਾ ਪੈ ਗਿਆ ਸੀ। ਓਹੋ, ਉਹ ਮੈਨੂੰ ਆਇਆ ਸੀਗਾ ਮੇਰਾ ਭਰਾ ਹੈਗਾ ਇਹ ਵਿਆਹ ਜਾਊਗਾ, ਮੈਂ ਰੋਟੀ ਖਾਣੀ ਆ, ਮੈਂ ਇੱਥੇ ਖਾ ਲੂੰਗਾ ਵੀ ਚੱਲ, ਮੈਨੂੰ ਕਿਹਾ ਜਿੱਦੇ ਵੀ ਤਾਂ ਵਿਆਹ ਹੋ ਗਿਆ, ਉਹ ਆਜੂ ਆਪ ਹੁਣ ਸ਼ਹਿਰ 'ਚ ਬੱਜੇ, ਇੱਥੇ ਵੀ ਖਾਈ ਜਾਂਦਾ ਪਕਾਈ ਜਾਂਦਾ। ਤੇ ਬਾਬੇ ਨਾਨਕ ਐਵੇਂ ਨਹੀਂ ਕਿਹਾ, ਕਹਿੰਦਾ ਮਾਂਜਿਆ ਕਿਹੜਾ ਜਾ, ਕਿਹੜਾ ਤੇਜ ਗਿਆ, ਤੂੰ ਤੇਜ ਗਿਆ ਆਪਦੇ ਭਰਾ ਦੇ ਵਾਂ ਮਾਂਜਿਆ ਗਿਆ, ਅੱਜ ਕੱਲ੍ਹ ਤੇ ਜਾਣਾ ਕਰ ਕਿਸੇ ਤੇ। ਹੁਣ ਤਾਂ ਨਹੀਂ, ਹੁਣ ਤਾਂ ਤੂੰ ਜਿਹਨੇ ਮੇਰੇ ਤੋਂ ਸਕੀਮ ਲੈਣੀ ਆ, ਜਿਹੜੀ ਤੂੰ ਹੁਣ ਗੱਲ ਕਹਿ ਕੇ ਹਟਿਆਗਾ, ਅਗੇ ਜੀ ਤੂੰ ਰਾਏ ਲੈਣੀ ਹਾਰੇ ਬੰਦੇ ਤੇ ਲਿਆ ਕਰੂ, ਕੀ ਕਹਿ ਕੇ ਹਟਿਆ ਤੂੰ? ਹਾਂ, ਹੁਣ ਤਾਂ ਆਪ ਹੀ ਦੇ ਚਾਰ ਨੂੰ ਸਲਾਹਾਂ ਤੂੰ। ਹੁਣ ਮੈਂ ਸਲਾਹਾਂ ਦਿਆ ਕਰੂ, ਜਿਹਨੇ ਲੈਣੀ ਆ ਮੈਂ ਤਾਂ ਹਾਰ ਚੁੱਕਿਆ ਭਰਾ, ਸਹੀ ਗੱਲ ਆ ਹੁਣ, ਪਰ ਮੈਨੂੰ ਪਤਾ ਜ਼ਰੂਰ ਲੱਗ ਗਿਆ ਇਹ ਗੱਲ ਤੇਰੀ ਸਹੀ ਹੈ, ਜਿਹੜੀ 16 ਨੇ ਗੱਲ ਆ ਬਈ ਤੇਰੀ, ਜਿਹੜੀ ਤੂੰ ਕਹਿ ਕੇ ਹਟਿਆ ਦੇਖ, ਟੋਕਣਾ ਟੋਕ ਮਿਲ ਗਿਆ ਨਾ। ਹਾਂ, ਕੀ ਕਿਹਾ ਸੀ ਤੂੰ ਹਾਰੇ ਬੰਦੇ ਤੇ ਲਿਆ ਕਰੂ? ਸਲਾਹ ਲੈਣੀ ਉਹ ਹਾਰੇ ਬੰਦੇ ਤੋਂ ਲਵੇ, ਹਾਰੇ ਬੰਦੇ ਤੋਂ ਲਵੇ ਨਾ, ਮੈਂ ਹਾਰ ਚੁੱਕਿਆ ਨਾ, ਇਸ ਟਾਈਮ ਮੇਰੇ ਪੱਲੇ ਕੁਛ ਨਹੀਂ ਗਾਉਣਾ, ਕਿਉਂ ਆਪਦੇ ਭਰਾ ਦੀ ਖਾਤਰ ਸਾਰਾ ਕੁਛ ਗਵਾ ਲਿਆ, ਹਾਰ ਹੀ ਜਾਂਦਾ ਬੰਦਾ, ਹਾਰ ਗਿਆ ਜੇ ਕੱਲ ਨੂੰ ਮੈਨੂੰ ਰਾਏ ਲਓ ਮੈਂ ਚੰਗੀ ਕੋਈ ਦੇਊਂਗਾ। ਹਾਂ ਚਲੋ ਠੀਕ ਆ, ਤੇ ਗੱਲ ਤੇਰੀ ਸਹੀ ਆ ਭਾਈ, ਹੁਣ ਕਰਾਲਾ ਵਿਆਹ ਕੋ ਕਿਸੇ ਪਾਸੇ, ਕਾਇਆ ਕੋ ਰਿਸ਼ਤਾ ਕਿਹੜੇ ਵਿਆਹ ਹੋਣਗੇ ਜਾਂ ਢੇਡਾਂ ਕਰਦਾ ਜੰਨੀ ਉਹ ਨਾ ਨਾ ਹੋਣ ਨੂੰ ਕੀ ਆ, ਬੁੜੇ ਨੇ ਮੈਂ ਖਬਰ ਪੜੀ ਆ 50 ਸਾਲ ਦੇ ਮੁੰਡੇ ਨੇ ਕਰਾ ਲਿਆ, 50 ਸਾਲ ਦਾ ਬੁੱਢਾ ਸੀ ਉਹਨੇ ਕਰਾ ਲਿਆ, ਪਰ ਤੇਰੀ ਤਾਂ ਸਾਰੀ ਉਮਰ ਹੀ ਸਾਰੀ 35-35 ਦੀ, 30-35 ਦੇ ਅੱਜ ਕੱਲ੍ਹ ਕਰਾਉਂਦੀ ਹੈ ਉਹ ਪੀ, ਅੱਜ ਕੱਲ੍ਹ ਡਾਕਟਰ PhD ਨਹੀਂ ਕਹਿ ਜਾਂਦੇ, ਉਹ ਪੜ੍ਹਦੇ ਪੜ੍ਹਦੇ 35 ਸਾਲ ਦੇ ਹੋ ਜਾਂਦੇ ਆ।
ਉਹ ਤੇਰੇ ਤੂੰ ਦਾੜੀ ਨੂੰ ਰੱਖ ਲਈ ਚੱਲ ਬਈ ਅੱਜ ਕੱਲ ਕੇਸ ਦਾੜੀ ਰੱਖ ਲੈ ਬੰਦੇ ਸੋਹਣਾ ਲੱਗਦਾ ਦਾੜੀ ਸੋਹਣੀ ਲੱਗਦੀ ਆ ਹਾਂ ਠੀਕ ਹੈ ਉਹ ਤੇਰੀ ਉਮਰ ਤਾਂ ਕੋਈ ਵਾਲੀ ਨਹੀਂ ਚੱਲ ਕਹਿੰਦੇ ਹੁੰਦੇ ਆ ਜੇ ਭਾਈ ਕਿਸੇ ਭੈਣ ਭਾਈ ਨੇ ਕਹਿੰਦੀ ਕਿਸੇ ਬੰਦੇ 10 ਪਾ ਦੇ ਭਰਾਵਾ ਤੇ ਜੇ ਕਰਦਾ ਝੇਡਾ ਫੇਰ ਤਾਂ ਰਹਿਣ ਦੇ ਨਾ ਨਾ ਮੈਂ ਕਰਾਉਂਗਾ ਤੇਰਾ ਯਾਰ ਮੈਂ ਕਰਾਉਂ ਜੇ ਸੱਚੇ ਦਿਲੋਂ ਕਹਿਣਾਗਾ ਉਹ ਸੱਚੇ ਦਿਲੋਂ ਕਹਿਣਾ ਮੈਂ ਉਹ ਚੱਲ ਮੈਂ ਚਾਹ ਤੇ ਪੀ ਲਿਆ ਕਰਾਂ ਭਰਜਾਈ ਦੇ ਹੱਥ ਦੇਈ ਚਾਹ ਤਾਂ ਕੋਈ ਨਹੀਂ ਚਾਹ ਤਾਂ ਮੈਂ ਹੁੰਦੀ ਵੀ ਆ ਕੇ ਪਿਆ ਦੇਣਾ ਚਾਹ ਦੀ ਕੋਈ ਗੱਲ ਨਹੀਂ ਚਾਹ ਤੂੰ ਬੜੀ ਘੈਂਟ ਬਣਾਉਣਾ ਹੈ ਤੇ ਮੈਂ ਤਾਂ ਹੀ ਤੇਰੇ ਕੋਲ ਆਉਣਾ ਮੈਂ ਚੱਲ ਮੈਂ ਹੁਣ ਮਾੜਾ ਕੰਮ ਜਾਇਆ ਮੈਂ ਮਾੜਾ ਫੇਰ ਆਉਣਾ ਚਾਹ ਨਹੀਂ ਬਣਾ ਕੇ ਰੱਖ ਪੱਕਾ ਆਏਗਾ ਨਾ ਹਾਂ ਆਉਂਗਾ ਆਉਂਗਾ ਮੈਂ ਚੱਲ ਫਿਰ ਮੈਂ ਚਾਹ ਬਣਾਉਣਾ ਹਾਂ ਹਾਂ ਗੰਦਾ ਬਜਾਰੇ ਕੰਮ ਤੇ ਕਹਿ ਗਿਆ ਕਹਿੰਦਾ ਜੇ ਕਹਿੰਦਾ ਲੈ ਲੈਣੀ ਹੋਵੇ ਹਾਰੇ ਬਿੰਦੂ ਤੇ ਲਵੇ ਜੇ 30,000 ਲੈਣਾ ਹੋਵੇ ਤਾਂ ਜਿੱਤੇ ਬੰਦੂ ਤੇ ਲਓ ਫਿਰ ਦਿਮਾਗ ਆਪਦਾ ਚਲਾਓ ਜੇ ਕੁਦਰਤੀ ਮੈਂ ਦਿਮਾਗ ਆਪਦਾ ਨਾ ਚਲਾਇਆ ਹੁੰਦਾ ਉਦੋਂ ਤੇ ਮੈਂ ਆਹ ਘਰ ਬਾਰ ਵੀ ਮੈਂ ਭਰਾ ਦੇ ਨੌਕਰਾ ਦਿੰਦਾ ਸੀਗਾ ਜਿਹੜੀ ਮਾੜੀ ਮੋਟੀ ਜ਼ਮੀਨ ਵਿੱਚ ਉਹ ਵੀ ਉਹਦੇ ਨੌਕਰਾ ਦਿੰਦਾ ਮੈਂ ਮਰ ਜਾਂਦਾ ਇਹ ਗੱਲ ਸਹੀ ਹੈ ਜੀ ਅੱਜ ਮੇਰੇ ਤਾਂ ਗੱਲ ਦਿਮਾਗ 'ਚ ਆਈ ਜਾਂਦੀ ਹੈ ਕੋਈ ਵੀ ਬੰਦਾ ਗਾ ਮਤਲਬ ਹਰ ਇੱਕ ਬੰਦੇ ਨੇ ਇਹ ਗੱਲ ਕਹਿਣਾ ਗਾ ਵੀ ਦਿਮਾਗ ਭਾਈ ਆਪਦਾ ਚਲਾਓ ਬੰਦਾ ਕਾਮਯਾਬ ਹੋ ਜੂਗਾ ਹਾਏ ਹਾਏ ਤਾਂ ਥੋੜ੍ਹਾ ਜਿਹਾ ਕੰਮ ਮੈਂ ਨਾਲੇ ਉਹ ਵੀ ਨਹੀਂ ਹੁੰਦਾ ਜਮਾਂ ਟੂਈ ਟੁੱਟ ਜਾਂਦੀ ਹੈ ਗੋਡਿਆਂ ਦਾ ਗਿੱਧੇ ਦਾ ਜਵਾਬ ਦਿੱਤਾ ਹੋਇਆ ਤਾਂ ਮੁੱਲ ਦੀ ਹੈ ਕੀ ਕਰਾਂ ਸਤਿ ਸ਼੍ਰੀ ਅਕਾਲ ਭੂਆ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਹੈ ਠੀਕ ਹੈ ਹੋਰ ਤੇਰੇ ਮੰਮੀ ਹੋਰ ਠੀਕ ਨੇ ਹਾਂ ਹਾਂ ਵਧੀਆ ਸਾਰੇ ਤੁਸੀਂ ਸੋ ਕਿਵੇਂ ਜੀ ਕਰਿਆ ਅੱਜ ਭੂਆ ਕੋਲੇ ਆਉਣ ਨੂੰ ਉਹ ਮਾਤਾ ਨੇ ਥੋੜ੍ਹਾ ਜਿਹਾ ਕੰਮ ਭੇਜਿਆ ਸੀ ਤੇਰੇ ਕੋਲ ਅੱਛਾ ਕਿਵੇਂ ਹਾਂ ਉਹਨਾਂ ਦਾ ਉਹਨਾਂ ਨਹੀਂ ਸੀਗਾ ਹਾਂ ਰੀਤ ਕਿੱਥੇ ਹੈਗੀ ਉਹ ਗਈ ਹੋਈ ਹੈ ਚੱਕੋ ਅੱਛਾ ਹਾਂ ਮਾਤਾ ਨੇ ਕੰਮ ਭੇਜਿਆ ਸੀਗਾ ਹਾਂ ਦੱਸ ਤੇਰੀ ਭੂਆ ਕੋਲ ਜਾ ਕੇ ਕੰਮ ਉਹਨਾਂ ਤਾਂ ਵੈਸੇ ਉਹਨਾਂ ਨੇ ਸੀਗਾ ਹਾਂ ਉਹ ਮਾਤਾ ਨੂੰ ਪਤਾ ਥੋੜੀ ਢਿੱਲੀ ਰਹਿੰਦੀ ਕਿ ਉਹਨੂੰ ਬੋਲਣਾ ਹੈ ਨਹੀਂ ਵਾਲਾ ਕੋਈ ਚੱਲ ਤੂੰ ਜਾ ਇੱਕੋ ਗੱਲ ਲੱਗੀ ਠੀਕ ਹੈ ਮੰਮੀ ਲੈ ਮੈਂ ਤਾਂ ਗੱਲਾਂ 'ਚ ਭੁੱਲ ਗਈ ਪਾਣੀ ਦਾ ਨਾਂ ਨਹੀਂ ਜ਼ਿਆਦਾ ਪਾਣੀ ਤਾਂ ਲੈ ਦਿਆਂ ਨਹੀਂ ਭੂਆ ਬਸ ਪੈ ਜਾ ਕੋਈ ਨਾ ਆਪਾਂ ਗੱਲ ਕਰ ਲਈਏ ਪਾਣੀ ਤਾਂ ਨਹੀਂ ਫਿਰ ਪੀਵਾਂਗੇ ਗੱਲ ਦੱਸ ਮੰਮੀ ਡੈਡੀ ਨੇ ਦੇਖਿਆ ਕਿ ਰਿਸ਼ਤਾ ਅੱਛਾ ਆਪਣੀ ਰੀਤ ਵਾਸਤੇ ਠੀਕ ਹੈ ਮੁੰਡਾ ਬਹੁਤ ਵਧੀਆ ਗਾ ਸਾਬੂ ਹੈਗਾ ਆਪਣੇ ਹੱਥ ਥੱਲੀ ਹੈ ਰਿਸ਼ਤਾ ਮੈਂ ਤਾਂ ਤਾਂ ਆਇਆ ਸੀ ਗੱਲ ਕਰਨ ਵਾਲੇ ਜੇ ਤੁਹਾਡੀ ਕੋਈ ਹੈਗੀ ਹੈ ਬਾਹਰ ਜਾਣ ਦਾ ਤੇ ਮੈਂ ਕਹਿੰਦੀ ਕਰ ਲੈਣ ਦੇ ਸਮਾਂ ਦੀ ਵਿਆਹ ਤਾਂ ਕਦੋਂ ਮਰਜ਼ੀ ਕਰ ਦੇਈਏ ਤਾਂ ਹੋ ਹੀ ਜਾਣਾ ਗਾ ਉਹ ਤਾਂ ਠੀਕ ਹੈ ਗੱਲ ਆ ਭੂਆ ਤੇਰੀ ਹਾਂ ਕਰਨਾ ਤੁਸੀਂ ਉਹਦਾ ਮੈਂ ਤਾਂ ਬਾਹਰ ਨਹੀਂ ਹੈਗੀ ਤੁਸੀਂ ਕਰਨਾ ਮੂਹਰੇ ਲੱਗ ਕੇ ਭਾਈ ਸਾਰਾ ਕੁਛ ਤੇ ਬਾਹਰ ਜਾਣ ਦਾ ਵੀ ਉਹਦਾ ਬਣੂਗਾ ਉਹ ਵੀ ਰਲ ਮਿਲ ਕੇ ਆਪਾਂ ਸਾਰਾ ਨਹੀਂ ਕਰਨਾ ਬਈ ਉਹ ਤਾਂ ਠੀਕ ਆ ਬੂਆ ਮੈਂ ਐਵੇਂ ਕਹਿੰਦਾ ਸੀਗਾ ਕਿ ਜੇ ਬਾਹਲੀ ਵੱਡੀ ਕੰਟਰੀ ਜਾਣਾ ਆਪਾਂ ਇੱਥੇ ਨੇੜੇ ਭੇਜ ਦਿੰਦੇ ਨਾਲ ਤਾਂ ਪੈਸਾ ਘੱਟ ਲੱਗਦਾ ਆਪਣੀ ਗੁੰਜਾਇਸ਼ ਘੱਟ ਆ ਗਈ ਹਾਂ ਨਾਲੇ ਮੈਂ ਐਕਸਪੀਰੀਅੰਸ ਹੋ ਜਾਂਦਾ ਫਿਰ ਭਾਵੇਂ ਅੱਗੇ ਵਗ ਜਾਂਦੀ ਉਹ ਹਾਂ ਇਹ ਵੀ ਗੱਲ ਤੇਰੀ ਠੀਕ ਹੈ ਨੇੜੇ ਕੋਈ ਜਿਵੇਂ ਨੇੜੇ ਦੇਸ਼ ਨੇ ਹੋਰ ਕੈਨੇਡਾ ਤੋਂ ਜਿਵੇਂ ਸਿੰਗਾਪੁਰ ਆਪਣਾ ਸਿੰਗਾਪੁਰ ਦੁਬਈ ਵੀ ਘੱਟ ਲੱਗਦੇ ਕਹਿੰਦੇ ਵੀ ਇਹੋ ਜਿਹਾ ਤੁਸੀਂ ਦੇਖ ਲਓ ਤੁਸੀਂ ਆਪਦੀ ਰਾਹ ਨਾਲ ਆਪੇ ਹੀ ਕਰ ਲਿਓ ਉਹਦਾ ਸੁਪਨਾ ਪੂਰਾ ਹੋ ਜੂ ਤੇ ਨਾਲੇ ਨੂੰ ਉਧਰ ਰਹਿ ਕੇ ਪਤਾ ਲੱਗ ਜੂ ਵੀ ਗਾਹਾਂ ਜਾਣਾ ਹੋਵੇ ਜੇ ਉਦੋਂ ਬਾਅਦ ਬਾਕੀ ਐਵੇਂ ਬੇਬੇ ਆਪਣੀ ਕੁੜੀ ਵਧੀਆ ਪੜ੍ਹੀ ਲਿਖੀ ਹੈਗੀ ਹਾਂ ਇਹਨੂੰ ਸਿੰਗਾਪੁਰ ਦੁਬਈ ਵਧੀਆ ਕੰਮ ਮਿਲ ਜੂਗਾ ਦਿਮਾਗ ਵੀ ਪੂਰਾ ਹੈ ਹਾਂ ਇਹੋ ਜੀ ਗੱਲ ਨਹੀਂ ਕੋਈ ਤੇ ਕਰ ਲਓ ਫਿਰ ਜਿਵੇਂ ਕਰਨਾ ਹੈ ਹਾਂ ਸਾਰਾ ਕੁਝ ਤੁਸੀਂ ਕਰਨਾ ਪੁੱਤ ਮੈਂ ਤਾਂ ਕਾਸੇ ਜੋ ਗ੍ਰੀਨ ਤੁਹਾਨੂੰ ਪਤਾ ਹੀ ਹੈ ਉਹਦਾ ਤੂੰ ਕੋਈ ਬੇਚਿੰਤ ਹੋ ਜਾ ਆਪਣੇ ਸਿਰ ਤੇ ਸਾਰਾ ਕੁਝ ਠੀਕ ਆ ਮੈਂ ਵੈਸੇ ਇੱਕ ਵਾਰੀ ਮੰਮੀ ਕਹਿੰਦੀ ਸੀ ਵੀ ਇੱਕ ਵਾਰੀ ਭੂਆ ਨੂੰ ਪੁੱਛਿਆ ਹੁੰਦਾ ਮੇਰੇ ਮੈਨੂੰ ਮੈਂ ਤਾਂ ਕਿਸੇ ਗੱਲ 'ਚ ਨਾ ਨਹੀਂ ਮੇਰੀ ਹਾਂ ਹੈ ਬਸ ਆਹ ਕੁੜੀ ਦਾ ਸੁਪਨਾ ਪੂਰਾ ਕਰ ਦਿਓ ਵਿਆਹ ਤਾਂ ਕਰ ਹੀ ਦੇਣਾ ਹੈ ਠੀਕ ਆ ਭੂਆ ਤੇ ਮੈਂ ਤਾਂ ਇਹ ਆਦੀ ਸੀ ਵੀ ਨਾਲ ਆ ਜਾਂਦੀ ਤੇਰੀ ਮੰਮੀ ਵਧੀਆ ਸੀ ਸਮਝਦੀ ਹੈ ਨਾ ਉਹ ਦੱਸੀ ਦਾ ਨਾ ਭੂਆ ਤੈਨੂੰ ਆਹੋ ਤੂੰ ਕਹਿੰਦਾ ਵੀ ਉਹ ਢਿੱਲੀ ਹੋਈ ਪਈ ਹੈ ਹੋਰ ਬੋਲਦੀ ਆ ਬਾਲਾ ਮੈਂ ਕਿਹਾ ਤੇ ਮੈਂ ਬੋਲੀ ਜਾਊਗੀ ਫਿਰ ਮੈਂ ਵੱਧ ਵੱਜੂ ਕੀ ਫਾਇਦਾ ਚੱਲ ਕਿਤੇ ਜਿਹਦੇ ਰੀਤ ਘਰੇ ਹੋਈ ਛੁੱਟੀ ਹੋਈ ਇਹਨੂੰ ਅਸੀਂ ਦੋਨੇ ਹੀ ਆ ਜਾਾਂਗੇ ਨਾਲ ਪਤਾ ਲੈ ਆਵਾਂਗੇ ਨਾਲ ਮਿਲ ਆਵਾਂਗੇ ਹਨਾ ਹੋਰ ਭੂਆ ਬਹੁਤ ਟਾਈਮ ਹੋ ਤੁਸੀਂ ਮੁੜ ਕੇ ਗੇੜਾ ਨਹੀਂ ਮਾਰਿਆ ਨਾ ਮੇਰੇ ਤਾਂ ਆਪ ਜੀ ਕਰਦਾ ਜਾ ਕੇ ਆਉਂਗੀ ਜ਼ਰੂਰ ਚੱਲ ਹੁਣ ਤੂੰ ਦੱਸ ਕਿਵੇਂ ਕਰੀਏ ਆਪਾਂ ਮੇਰੀਆਂ ਗੱਲਾਂ ਕੋਈ ਸਹੀ ਨੇ ਸਹੀ ਆ ਮੈਂ ਕਹੀਆਂ ਹਨਾ ਹਾਂ ਹਾਂ ਤੇ ਹੁਣ ਦੱਸ ਚਾਹ ਪਾਣੀ ਲਿਆ ਦੇ ਬਣਾ ਕੇ ਲਿਆਓ ਭੂਆ ਕੋਈ ਬਾਕੀ ਇੱਕ ਵਾਰੀ ਰੀਤ ਨੂੰ ਪੁੱਛ ਲਿਓ ਹਾਂ ਉਹਦੀ ਰਾਏ ਦਾ ਜ਼ਰੂਰੀ ਹੈ ਪੁੱਤ ਹਾਂ ਉਸੇ ਨਾਲ ਹੀ ਹੈ ਨਾ ਕਿਉਂਕਿ ਕੱਲ ਨੂੰ ਹਾਂ ਐਵੇਂ ਆਪਾਂ ਨੂੰ ਕਹੂਗੀ ਫਿਰ ਕਿ ਤੱਕ ਆ ਜਾ ਪਿਆ ਆਪਾਂ ਪਹਿਲਾਂ ਉਹਦੀ ਰਾਏ ਹੀ ਲਵਾਂਗੀ ਮੈਂ ਇਹੀ ਗੱਲ ਕਰਦੀ ਆ ਵੀ ਨਾਲ ਤੇ ਰਾਏ ਕਰ ਲਾਂਗੇ ਨਾਲੇ ਅਸੀਂ ਜਾਾਂਗੇ ਤੇਰੀ ਮੰਮੀ ਦਾ ਪਤਾ ਲੱਗ ਕਰ ਆਵਾਂਗੇ ਨਾ ਛੁੱਟੀ ਵਾਲੇ ਦਿਨ ਜਾਵਾਂਗੇ ਠੀਕ ਹੈ ਠੀਕ ਆ ਬੂਆ ਤਾਂ ਲੈ ਆਵਾਂ ਪਾਣੀ ਲੈ ਆ ਬੂਆ ਲੈ ਵੀਰਾ ਆਇਆ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਠੀਕ ਆ ਠੀਕ ਆ ਆ ਗਈ ਕਾਲਜ ਤੋਂ ਨਹੀਂ ਮੈਂ ਕਾਲਜ ਕਿੱਥੇ ਗਈ ਸੀ ਤੈਨੂੰ ਕਿਹਨੇ ਕਿਹਾ ਬੇਬੇ ਨੇ ਤੂੰ ਭੂਆ ਕਹਿੰਦੀ ਸੀਗੀ ਮੇਰੇ ਦਿਮਾਗ ਤੇ ਨਿਕਲ ਗਈ ਉਹ ਤਾਂ ਪੜਾਉਂਦੀ ਹੈ ਟੀਚਰ ਹੈ ਆਪਣੇ ਨੇ ਇੱਥੇ ਉਹ ਆ
ਪਿੰਡ 'ਚ ਸਰਕਾਰੀ ਟਿਊਸ਼ਨ ਖੋਲ੍ਹਿਆ ਹੋਇਆ, ਉੱਥੇ ਪੜ੍ਹਾ ਕੇ ਆਉਂਦੀ ਹੁੰਦੀ ਆ 2 ਘੰਟੇ ਬੱਚਿਆਂ ਨੂੰ। ਚਾਹ ਚੂ ਬਣਾਤੀ ਕਿ ਵੀਰਾ ਹੁਣੀ ਆਇਆ? ਹੁਣੀ ਆਇਆ, ਪਾਣੀ ਦਿੱਤਾ ਹਲਕਾ। ਅੱਛਾ ਅੱਛਾ ਠੀਕ ਹੈ। ਹੋਰ ਬਾਈ ਸਾਰੇ ਠੀਕ ਸੀ? ਮਾਮਾ ਮਾਮੀ ਸਾਰੇ ਵਧੀਆ? ਸਾਰੇ ਚੱਲ। ਤੂੰ ਕਿਵੇਂ ਰਹਿਣਾ? ਵਧੀਆ ਰਹਿਣਾ। ਵਧੀਆ। ਉਹ ਚੱਲ ਭੂਆ ਦਾ ਥੋੜਾ ਦਿਮਾਗ ਘੱਟ ਆਗਾ। ਭੂਆ ਦਾ ਤਾਂ ਬਾਲਾ ਦਿਮਾਗ ਘੱਟ ਹੋਈ ਜਾਂਦਾ। ਉਹ ਚੱਲ ਵਧੀਆ, 4 ਰੁਪਏ ਦੇ ਉਧਰੋਂ ਬਣ ਜਾਂਦੇ ਨੇ। ਹਾਂ ਬਈ ਉਹੀ, ਚੱਲ ਮੇਰੀ ਫੀਸ ਫੂਸ ਭਰੀ ਜਾਂਦੀ ਆ। ਹਾਂ ਹੋਰ ਕਿਵੇਂ ਚੱਲਦਾ ਤੇਰੇ ਫਿਰ ਬਾਹਰਲਾ? ਬਸ ਦੇਖਦੇ ਆ ਹੁਣ ਕੀ ਬਣਦਾ, ਬਾਹਰ ਹੀ ਜਾਊਂਗੀ ਮੈਂ, ਇੱਥੇ ਤਾਂ ਕੁਛ ਹੈ ਵੀ ਨਹੀਂ। ਚਲ ਠੀਕ ਹੈ ਤੇਰੀ, ਮੈਂ ਵੀ ਰਿਸ਼ਤੇ ਕਰਕੇ ਆਇਆ ਸੀਗਾ। ਇਹ ਤਾਂ ਐਂ ਆਇਆ, ਤੇਰੀ ਮਾਮੀ ਨੇ ਭੇਜਿਆ, ਕਹਿੰਦੀ ਰੀਤ ਦਾ ਰਿਸ਼ਤਾ ਕਰਾ ਦੀ, ਚੰਗਾ ਥਾਂ ਹੈ ਕੋਈ ਹੱਥ ਚ ਇਹਨਾਂ ਦੀ। ਬਾਈ ਕਿਉਂ ਐਂ ਕਰਦੇ ਹੋ, ਜੇ ਹੁਣੇ ਵੀ ਉਹਨੂੰ ਕੀ ਹੋਇਆ ਮੈਨੂੰ, ਹਜੇ ਮੈਨੂੰ ਪੜ ਲੈਣ ਦੋ, ਬਾਹਰ ਚੱਲ ਜਾਣ ਦੋ, ਕੋਈ ਫਿਊਚਰ ਬਣ ਜਾਊਗਾ। ਦੀ ਗੱਲ ਨਹੀਂ ਹੈਗੀ, ਰਿਸ਼ਤਾ ਬਹੁਤ ਵਧੀਆ ਆਪਣੇ ਹੱਥ ਚ ਆ, ਕਰਾਉਣ ਨੂੰ ਤਾਂ ਹੁਣ ਮੰਮੀ ਡੈਡੀ ਵਰਗੇ ਹੋਰ ਨੂੰ ਵੀ ਕਰਾ ਦੇਣਗੇ ਰਿਸ਼ਤੇਦਾਰੀ ਚ। ਸਾਨੂੰ ਐਵੇਂ ਚੱਲ ਆਪਣੇ ਘਰ ਦੀ ਕੁੜੀ ਦਾ ਵੀ ਵਧੀਆ ਬਣ ਜਾਊਗਾ ਘਰ ਬਾਰ, ਤਾਂ ਕਰਕੇ ਕਹਿੰਦੇ ਆਪਾਂ ਨੂੰ ਹੋਰ ਤਾਂ ਕੀ ਕਾਹਲੀ ਹੋਣੀ ਆ। ਕੀ ਕਰਦਾ ਮੁੰਡਾ? ਮੁੰਡਾ ਤਾਂ ਪੜ੍ਹੀ ਜਾਂਦਾਗਾ, ਪੜ੍ਹਾਈ ਦਾ ਵੈਸੇ ਪੂਰੀ ਹੋ ਗਈ, ਵੈਸੇ ਟੈਲੈਂਟਡ ਬਹੁਤ ਆ, ਹੁਸ਼ਿਆਰ ਬਹੁਤ ਆ, ਨੌਕਰੀ ਨੂੰ 100% ਪੱਕਾ ਮਿਲ ਜੂਗੀ। ਚੱਲ ਬਾਈ ਹਲੇ ਤਾਂ ਤੁਸੀਂ ਮਨਾ ਹੀ ਕਰ ਦੋ, ਹਜੇ ਮੇਰਾ ਕੋਈ ਇਰਾਦਾ ਨਹੀਂ ਹੈਗਾ ਵਿਆਹ ਕਰਵਾਉਣ ਦਾ। ਮੈਂ ਕਹਿਤਾ ਸੀ ਲੱਕੀ ਨੂੰ ਮਖਾਉਤਾ ਦੀ, ਮੈਂ ਬਾਹਰ ਜਾਊਂਗੀ। ਹਾਂ ਫੇਰ ਹੀ ਦੇਖਾਂਗੇ, ਇੱਕ ਵਾਰੀ ਆਪਣੇ ਪੈਰਾਂ ਤੇ ਖੜੀ ਹੋ ਜਾ ਫੇਰ ਦੇਖਾਂਗੇ ਵਿਆਹ ਦਾ, ਸਾਰੀ ਉਮਰ ਪਈ ਹੈ ਵਿਆਹ ਕਰਾਉਣ ਨੂੰ ਹਲੇ। ਨਾਲੇ ਤੁਸੀਂ ਵੀ ਕਰਾਉਣਾ ਪੁੱਤ। ਹਾਂ ਬਾਈ ਇਹ ਗੱਲ ਮੇਨ ਆ, ਅਸੀਂ ਕਿਹੜੇ ਤੁਹਾਡੇ ਤੋਂ ਬਾਹਰ ਆ। ਚਲੋ ਉਹ ਤਾਂ ਠੀਕ ਹੈ ਤੇਰੀ ਗੱਲ ਕੁੜੀਏ, ਮੈਂ ਤਾਂ ਐਵੇਂ ਕਹਿੰਦਾ ਸੀ ਕਿ ਜੇ ਰਿਸ਼ਤਾ ਭੂਆ ਵਧੀਆ ਸੀਗਾ, ਦੇਖ ਲਓ ਕਿਵੇਂ ਕਰੋਗੇ। ਦੇਖ ਲਓ ਪੁੱਤ, ਰਾਏ ਕਰ ਲਾ, ਫਿਰ ਵਿਆਹ ਕਰਾ ਕੇ ਵੀ ਬਾਹਰ ਆਪਾਂ ਤੋਰ ਹੀ ਸਕਦੇ ਹਾਂ, ਵਿਆਹ ਤੋਂ ਬਾਅਦ ਵੀ। ਹਾਂ ਉਹ ਤਾਂ ਚਾਹੇ ਬਾਅਦ ਚ ਕਰੀ ਜਾਵੇ, ਬਾਅਦ ਚ ਤਾਂ ਕੋਈ ਚੱਕਰ ਨਹੀਂ, ਸਮਝ ਅਗਲਾ ਵੀ ਪੈਸੇ ਲਾ ਦੂਗਾ ਵੀ ਮਗਰੋਂ ਇਹ ਬੁਲਾ ਲੂ ਫਿਰ, ਬਾਕੀ ਦੇਖਾਂਗੇ ਰਾਏ ਕਰ ਕਿਵੇਂ ਰਾਏ ਦੱਸਦੀ ਹੈ ਇਹ, ਦੱਸਾਂਗੇ ਕਰ ਲਾਂਗੇ ਸਲਾਹ ਕੋਈ। ਹਾਂ ਫਿਰ ਤੁਹਾਨੂੰ ਫੋਨ ਕਰਕੇ ਦੱਸ ਦਾਂਗੇ ਪੁੱਤ, ਹਨਾ। ਹਾਂ ਬਈ ਚਾਹ ਬਣਾ ਲਿਆਵਾਂ? ਨਹੀਂ ਚਾਹ ਤਾਂ ਬਸ। ਕਿਉਂ ਹੋਰ ਕੀ ਖਾਣਾ ਪੀਣਾ ਫਿਰ? ਕੁਝ ਨਹੀਂ ਖਾਣਾ, ਮੇਰੇ ਨਾਲ ਤੇ ਮੁੰਡਾ ਆਇਆ ਸੀਗਾ ਢੱਡੇ ਤੋਂ, ਉਹਨੂੰ ਸ਼ਹਿਰ 'ਚ ਕੰਮ ਸੀਗਾ। ਅੱਛਾ। ਮੈਂ ਉਹ ਮੇਰੇ ਨਾਲ ਆਇਆ ਸੀ, ਮੈਂ ਚੱਲ ਮੇਰੇ ਭੂਆ ਕੋਲ ਜਾਣਾ, ਉਹ ਉੱਥੇ ਖੜਾ ਗਾ, ਉਹਨੂੰ ਫਿਰ ਮੈਂ ਨਾਲ ਹੀ ਲੈ ਕੇ ਜਾਊਗਾ, ਫੋਨ ਕਰੀ ਜਾਂਦਾ ਉਹਨੂੰ ਕਾਹਲੀ ਹੈ ਥੋੜ੍ਹੀ ਜਿਹੀ। ਲੈ ਬਾਈ ਤੂੰ ਅੱਜ ਰਹਿਣਾ ਨਹੀਂ ਹੈਗਾ? ਨਹੀਂ ਰਹਿਣਾ ਨਹੀਂ, ਰਹਿਣਾ ਤਾਂ ਮੈਂ ਤੇ ਮੰਮੀ ਕੋਲ ਸਪੈਸ਼ਲ ਆਵਾਂਗੇ। ਬੇਬੇ ਆਪਾਂ ਗਰੀਬ ਆ, ਆਪਣਾ ਛੋਟਾ ਜਿਹਾ ਘਰ, ਇਹਨਾਂ ਦੇ ਕਿੱਥੇ ਪਸੰਦ ਹੁੰਦਾ, ਇਹਨਾਂ ਦੇ ਕੋਠੀ ਪਈ ਹੋਈ ਆ। ਗਰੀਬ ਦੀ ਗੱਲ ਨਹੀਂ ਹੈਗੀ, ਮੁੰਡਾ ਮੇਰੇ ਨਾਲ ਆਇਆ, ਨਾਲੇ ਤੁਸੀਂ ਕਿਹੜਾ ਪਾਲਾ ਕਿਹੜੇ ਮਾਰ, ਤੁਸੀਂ ਵੀ ਆਇਓ, ਤੁਸੀਂ ਤਾਂ ਗਰੀਬ ਨਹੀਂ ਹੈ। ਆਵਾਂਗੇ ਬਾਈ ਚੁੱਪ। ਮੈਂ ਤਾਂ ਆਪ ਕਹਿ ਕੇ ਤਾਂ ਹਟੀਆਂ, ਰੱਕੀ ਨੂੰ ਖਾ ਕੇ ਆਵਾਂਗੇ। ਹਾਂ ਬੇਬੇ ਚੱਲਾਂਗੇ ਆਪਾਂ, ਸੰਡੇ ਵਾਲੇ ਦਿਨ ਜਾ ਕੇ ਆਵਾਂਗੇ। ਹਾਂ ਚੱਲ ਠੀਕ ਆ ਭੂਆ, ਰਹਿ ਕਰ ਲਓ, ਠੀਕ ਆ। ਹਾਂ ਚੰਗਾ ਪੁੱਤ, ਚੰਗਾ ਵੀਰੇ, ਠੀਕ ਆ ਵੀ। ਓਕੇ ਬਈ, ਹੁਣ ਤੂੰ ਆਪਦਾ ਮਨ ਬਣਾ ਲਾ ਤੇ ਉਵੇਂ ਆਪਾਂ ਫੋਨ ਕਰ ਦਿਆਂਗੇ ਉਹਨਾਂ ਨੂੰ। ਕੋਈ ਨਾ ਬੇਬੇ ਬਣਾ ਲਾਂਗੇ ਮਨ, ਹਜੇ ਕਿਉਂ ਹੀ ਟੈਨਸ਼ਨ ਪਾ ਦਿੰਦੀ ਆ। ਮੈਂ ਨਹੀਂ ਪਾਉਂਦੀ, ਤਾਂ ਲੱਕੀ ਆਇਆ ਸੀ ਤਾਂ ਮੈਂ ਗੱਲ ਕਰੀ ਨਹੀਂ, ਮੇਰੇ ਤਾਂ ਇਹ ਗੱਲ ਯਾਦ ਚੇਤੀ ਨਹੀਂ, ਕੋਈ ਵਿਆਹ ਉਹਦੀ ਹਜੇ। ਚੱਲ ਬਸ ਹੁਣ ਤੂੰ ਜਿਵੇਂ ਪਹਿਲਾਂ ਭੁੱਲੀ ਹੋਈ ਸੀ ਨਾ, ਮੈਂ ਭੁੱਲ ਲਿਆ ਥੋੜ੍ਹੇ ਟਾਈਮ ਵਾਸਤੇ, ਹੁਣ ਨਹੀਂ ਛੇੜਦੇ ਆਪਾਂ ਗੱਲ, ਫਿਰ ਸੋਚਾਂਗੇ। ਚਲੋ ਤੇ ਹੁਣ ਦੱਸ, ਰੋਟੀ ਰੂਟੀ ਬਣਾਵਾਂ ਕਿ ਚਾਹ ਬਣਾਵਾਂ ਕਿ ਪਾਣੀ ਲਿਆ, ਤੈਨੂੰ ਦੱਸ ਦੇ। ਚਾਹ ਹੀ ਬਣਾ ਲਾ ਥੋੜ੍ਹੀ ਜਿਹੀ। ਚਾਹ ਬਣਾ ਲਾ ਕਿ ਮੈਂ ਬਣਾ ਕੇ ਲਿਆ? ਚੱਲ ਤੂੰ ਬੈਠ, ਮੈਂ ਬਣਾ ਕੇ ਲਿਆਉਂਦੀ। ਤੂੰ ਬਣਾ ਲੈ, ਤੂੰ ਬੜੀ ਸਿਆਣੀ ਮੇਰੀ ਧੀ, ਮੈਂ ਬੈਠੀ ਹਾਂ ਮੌਜਾਂ ਨਾਲ। ਚਲੋ ਥੱਪ। ਤੂੰ ਕਿੰਨਾ ਪਾਗਲ ਹੈ, ਉਹ ਪਾਗਲ ਕਰਤਾ ਤੂੰ, ਮੈਨੂੰ ਤਾਂ ਨੀਂਦ ਨਹੀਂ ਆਉਂਦੀ ਜਿੰਨਾ ਤੈਨੂੰ ਦੇਖਾਂ ਨਾ। ਲੈ ਹੁਣ ਤੂੰ ਸੋਣਾ ਹੀ। ਸੋਣਾ ਕਿਉਂ ਆ? ਹਾਂ ਦੱਸ ਕਿਵੇਂ ਕਰਨਾ। ਹਾਂ ਨਾ ਚੰਨੀ, ਹਾਂ ਨਹੀਂ ਗੱਲ ਤਾਂ ਠੀਕ ਆ, ਪਰ ਜੇ ਤੂੰ ਸਹੀ ਪੁੱਛੇ ਨਾ, ਮੇਰੇ ਬਹੁਤ ਵੱਡੇ ਵੱਡੇ ਸੁਪਨੇ ਨੇ ਜਿਹੜੇ ਤੇ ਤੂੰ ਸਾਰੀ ਲਾਈਫ 'ਚ ਨਹੀਂ ਪੂਰੇ ਹੋਣੇ। ਕਿੱਡੇ ਕਿਆ, ਮੈਨੂੰ ਵੀ ਦੱਸ। ਫਿਰ ਮੈਂ ਨਾ ਬਾਹਰ ਜਾਣਾ। ਬਾਹਰ ਜਾਣਾ? ਹਾਂ। ਕਿਹੜੇ ਦੇਸ? ਕਿਤੇ ਤਾਂ ਜਾਊਂਗੀ, ਹੁਣ ਤੈਨੂੰ ਕੀ ਪਤਾ। ਤੂੰ ਦੱਸ ਸੀ, ਉਹ ਮੈਂ ਤੈਨੂੰ ਭੇਜੂਗਾ। ਯੂਕੇ ਜਾਣਾ? ਉਹ ਲੈ ਇਹ ਕਿੱਡੀ ਵੱਡੀ ਗੱਲ, ਉਹ ਮੈਂ ਵੀ ਜਾਣਾ, ਫਿਰ ਆਪਾਂ ਦੋਨੇ ਚੱਲਾਂਗੇ, ਤੇਰਾ ਸੁਪਨਾ ਪੂਰਾ ਮੈਂ ਕਰੂੰਗਾ। ਤੂੰ ਕਿਵੇਂ ਕਰ ਦੇਂਗਾ ਸੁਪਨਾ ਪੂਰਾ? ਇੰਨਾ ਪੈਸਾ ਹੈਗਾ ਤੇਰੇ ਕੋਲ ਲਾਉਣ ਨੂੰ? ਮੇਰੇ ਕੋਲ ਸਾਰਾ ਕੁਝ ਹੈ, ਤੂੰ ਇੱਕ ਵਾਰੀ ਹਾਂ ਤੇ ਕਰ। ਚੱਲ ਚੰਗਾ, ਘੱਟੋ ਘੱਟ ਨਾ 35-40 ਲੱਖ ਰੁਪਇਆ ਲੱਗਦਾ। ਯਾਰ 35 ਦੀ ਥਾਂ 40 ਲੱਗ ਜੇ, ਪਰ 45 ਲੱਗ ਜੇ, ਤੈਨੂੰ ਮੈਂ ਉੱਥੇ ਕੈਨੇਡਾ ਲੈ ਜੂੰਗਾ, ਪਰ ਯੂਕੇ ਕਹਿ। ਚੱਲ ਠੀਕ ਹੈ, ਜੇ ਤੂੰ ਮੇਰੇ ਆਹ ਸੁਪਨੇ ਪੂਰੇ ਕਰ ਸਕਦਾ, ਮੈਨੂੰ ਹੋਰ ਕੀ ਚਾਹੀਦਾ? ਉਹ ਮੈਨੂੰ ਜੀਵਨ ਸਾਥੀ ਚਾਹੀਦਾ ਜੀ, ਪਰ ਤੇਰੇ ਵਰਗਾ ਮਿਲ ਜੇ ਨਾ ਤਾਂ ਮੇਰਾ ਤਾਂ ਸਵਰਗ ਹੀ ਹੈ। ਚੱਲ ਚੰਗਾ, ਫਿਰ ਤੂੰ ਇਹ ਸਮਝ ਲੈ ਵੀ ਹੁਣ ਤੇਰਾ ਸਵਰਗ ਹੀ ਆ ਗਿਆ, ਠੀਕ ਆ? ਬਸ ਪਰ ਇੱਕ ਸ਼ਰਤ ਵੀ ਹੈ, ਯੂਕੇ ਜਾਣਾ ਤਾਂ ਪਊਗਾ, ਪਰ ਜਿਵੇਂ ਜਿਵੇਂ ਮੈਂ ਕਹੂੰਗਾ ਨਾ ਉਵੇਂ ਉਵੇਂ ਤੈਨੂੰ ਕਰਨਾ ਪਊਗਾ। ਕੀ ਮਤਲਬ ਤੇਰਾ? ਯੂਕੇ ਜਾਣਾ, ਸੁਪਨਾ ਪੂਰਾ ਕਰਨਾ,
तू मेनू लालच दे रहा। वो लालच नहीं दे रहा, तेरा सपना पूरा कर रहा, तू मनया कर। हाँ दस की है, ठीक है। पता नहीं दसूंगा तेनू फोन ते। चल चंगा। कोई गल नहीं, एक दो दिन हौसला रख। तकीर ते खीर खाई दी नहीं होंगी, मूँह मच जाता हूँ। तो इतने तेरे पेपर भी देने वाला, पहला बैंड लिया, बैंड लिया दे, फिर तेन यूके की टिकट भी करा दूंगा, तो जहाज की बारी में हथ पवा दूंगा। चल चंगा चनी, हूँ ना कई बार कोई आ जाता हूँ, तू अपने घर जा, आप कल मिलते हैं। कल पक्का। चल बाय। आई कर गई। हाँ वो बन गया कम। की करता फिर इधर गली च, कई बार पहला भी मैं देखा उ तुरै फिर रहा। इधर की कम होया, अद्धी हो जमी। बेबे किधर गई? बेबे ये भी पता नहीं कितने फिरती रही, बिना दसे कोई पता नहीं किधर नूं डेरा डंडा चक ले ला आउंदी आ। तू कित्थे होई आ बेबे? मैं तो इत गई सी इधर तेरे ताई कन्नी। तो मुंडा जो इधर किवें तुरै फिरदा रहिंदा? केड़ा मुंडा? चन्नी। ले मैनू की पता बेबे, तू कित्थों देख लिया केड़ा चन्नी? मैं तां कदे देखिया नहीं हैगा। वो इधरों गया ते मैं उधरों आई हां घरे। ओ अपने ओ परले बेड़े वाला? हां। होर किधरों गया? इधरों गया पीड़ी गली चों, मैं देखा लंघदा। जदों मैं देख लिया मैनू, मैं देख ली उहने छाल मारी। बेबे ऐ करदे ने अजकल दे मुंडे, हुण मैनू की पता, मैं तां आप हुणी घरे आ के बड़ी आ। मैं किदे किदे ध्यान रखा, हुण गली च 100 बंदा लंघदा, लंघी जाणदे फिर आपां नूं की आ? ऐ तां ठीक है, अपनी गली चों लंघे मैं तां पुछदी आ। तो ही करी ने बेबे, गले च होर भी 4-5 घर ने, वह भी पुछणगे फिर आपदी कुड़ी नूं भी कौन। ऊं ना वाधू टेंशन लिया कर। चल छड, नाले तू सारा बार कुंडे खुले छड गई है, भला उरे कुत्ते भांडे चट्टी जाण। आ तां डाके गई सी उधरले खुला सीगा, मैं आउण वाली मैनूं पता सी मेरी तां उहनां दी। अच्छा होर डाके जाया कर, हुण सो रहे बंदे फिरदे ने, तैनूं नहीं पता चोरियां ठगियां बालियां हुंदियां? आ तां पता ही है, वाह बहुत कुछ हो गया। की बणाया अज? अज मैं प्रिंटियां बणाईयां। गर्मी पता किन्नी, अंदर बह के खाऊंगी मैं आराम नाल। चल चंगा। तो मन्नी दस्या नहीं मुझे, पता नहीं पता है कि जान के दसदी। चल पता तो मैनू लग ही जाऊगा भी क्यों वो गेड़े मारदा। बेबी किधर गई? चल फोन लाने चन्नी नू। हेलो। हेलो सत श्री अकाल जी। सत श्री अकाल, किवें आ? मैं तो ठीक हाँ, आई गई याद है। मैं तो ऐसे फोन नहीं लाएंगी तू। किवें? मैं तो ऐसे फोन फून मैनू लाना पै करो, तू ही ला लिया है। ओ ऐ जी कोई गल नहीं हैगी, नाले ना डड्डू मंगो टपूसियां मारदा ना फिरदा रिया कर साडी गली च एवें। ओ की गल होगी? ओ मेरा जी नहीं लगदा जन्ना चिर तेरी गली च ना आवां। लै तेरा तां जी नहीं लगदा, मेरे इत्थे हड्ड कटा देंगा बेबे तों। अज बेबे ने तैनूं देख लिया पता? ओ हां हच, ओ पता लग गया तेरी बेबे उधरों आई वा विच नहीं वज्जा, मैं साइड ती लंघ गया सी। मैं फिर माड़ी मोटी फिर मैं चुप करके लंघ गया, मैनूं बुलाया नहीं उहने, मैं तां कुछ नहीं किया यार, तूं डरी जानी। लै तेनूं की कहना सी, मैनूं 100-100 गल्लां करदी सी बेबे, हुण तां मैं गल सांभ ली, माड़ा मोटा ना ध्यान रखिया कर, सुन गया? ठीक आ खंड, जिवें तूं कहेंगे उवें ही मन्नूंगा। चल चंगा, बाले मिठे पोचे मारन दी लोड़ नहीं हैगी, बेबे ना जे किते मैं फोन रख दियां। चल कोई गल नहीं, हुण कदों मिलना? कोई ना कल नूं चलांगे, ठीक आ? ठीक आ, कुछ खा पी के आवांगे। ओके कोई ना, कुछ मर्जी कर, वो होटल तेरा, कुछ मर्जी खाईगी। चल चंगा चंगा, बाय। ਹੁਣ ਦੱਸ ਕਿਵੇਂ ਬੁਲਾਇਆ? ਬੁਲਾਉਣਾ ਕਿਵੇਂ ਆ? ਦੇਖ ਪੇਪਰ ਮੇਰਾ ਕਲੀਅਰ ਹੋ ਗਿਆ, ਤੂੰ ਮੈਨੂੰ ਇਹ ਦੱਸ ਹੁਣ ਵੀ ਫਾਈਲ ਕਦ ਲਵਾਉਣੀ ਆ? ਚਲ ਵਧਾਈਆਂ ਤੈਨੂੰ, ਪਾਸ ਹੋ ਗਈ ਤੇ ਪਾਰਟੀ। ਪਾਰਟੀ ਕਰੀ ਜਾਂਦੇ ਆ, ਕੋਈ ਨਾ ਬਿੱਲ ਮੈਂ ਦੇ ਦੂੰਗੀ। ਚਲ ਉਹ ਤਾਂ ਦੇਣਾ, ਉਹ ਤੈਨੂੰ ਮੇਰੇ ਕੋਲ ਪੈਸੇ ਹੈ ਨਹੀਂ ਤੇ ਬਿੱਲ ਤੈਨੂੰ ਦੇਣਾ ਪਊਗਾ। ਕੁਛ ਕਿਹਾ? ਨਹੀਂ ਕੁਛ ਨਹੀਂ ਕਿਹਾ ਮੈਂ, ਤੇ ਫਾਈਲ ਯਾਰ ਫਾਈਲ ਤੂੰ 2 ਮਹੀਨੇ ਠਹਿਰ ਜਾ ਜੇ। ਤਾਂ ਕੁਛ ਕੀ ਰੱਖਿਆ ਯਾਰ? ਕਿਉਂ ਥੋਰ
ਆਪਾਂ ਇੱਥੇ ਵਿਆਹ ਕਰਾਉਣੇ ਆਪਾਂ ਵਧੀਆ ਨਜ਼ਾਰੇ ਨਾਲ ਆਵਾਂਗੇ। ਚੰਨੀ ਮੈਂ ਤੇ ਇਹਨਾਂ ਗੱਲ ਪਹਿਲਾਂ ਹੀ ਬੋਲੀ ਸੀ, ਮੈਨੂੰ ਉਹ ਲਾਰੇ ਜੀ ਨਹੀਂ ਚਾਹੀਦੇ ਹੈਗੇ, ਚੁੱਪ ਕਰਕੇ ਫਾਇਲ ਲਵਾ ਦੇ ਠੀਕ ਹੈ ਨਾ, ਜੇ ਕੋਈ ਹੋਰ ਗੱਲ ਹੈ ਤਾਂ ਉਹ ਵੀ ਦੱਸ ਦੇ ਮੈਨੂੰ। ਯਾਰ ਦੇਖ ਰੀਤ, ਮੈਂ ਤੈਨੂੰ ਨਾ ਆਪਦੀ ਜ਼ਿੰਦਗੀ ਤੈਨੂੰ ਖੋਣਾ ਨਹੀਂ ਚਾਹੁੰਦਾ। ਲੈ ਕੌਣ ਖੋਂਦਾ ਤੈਨੂੰ ਜ਼ਿੰਦਗੀ ਚੋਂ, ਆਪਾਂ ਦੋਨੇ ਹੀ ਚੱਲਾਂਗੇ। ਯਾਰ ਮੈਂ ਤੂੰ ਵਾਅਦਾ ਕਰ, ਜੇ ਮੈਂ ਤੈਨੂੰ ਸੱਚ ਦੱਸਦਾ ਨਾ ਤੂੰ ਮੈਨੂੰ ਛੱਡ ਕੇ ਨਹੀਂ ਜਾਏਂਗੀ। ਯਾਰ ਜੇ ਤੂੰ ਮੈਨੂੰ ਝੂਠ ਵੀ ਬੋਲਦੀ ਮੈਂ ਤੈਨੂੰ ਤਾਂ ਵੀ ਨਹੀਂ ਛੱਡ ਕੇ ਜਾਂਦੀ, ਕਿਉਂਕਿ ਹੁਣ ਆਪਾਂ ਦੋਨੇ ਹੀ ਇੰਨਾ ਕਰਦੇ ਹਾਂ ਇੱਕ ਦੂਜੇ ਦਾ, ਹੁਣ ਨਹੀਂ ਛੱਡ ਸਕਦੇ। ਤੂੰ ਗੱਲ ਦੱਸ ਦੇ ਕੀ ਗੱਲ ਆ। ਗੱਲ ਯਾਰ ਮੈਂ ਮੇਰੇ ਕੋਲ ਪੈਸਾ ਹੈ ਨਹੀਂ ਯਾਰ, ਮੈਂ ਵੀ ਤੇਰੇ ਵਰਗਾ, ਬਸ ਤੈਨੂੰ ਨਾ ਮੈਂ ਆਪਦੇ ਪਿਆਰ ਦੇ ਚੱਕਰ 'ਚ ਕਰਨ ਵਾਸਤੇ ਤੈਨੂੰ ਪੰਪ ਮਾਰੀ ਗਿਆ, ਮੇਰੇ ਕੋਲ ਪੈਸਾ ਵੀ ਤੈਨੂੰ ਬਾਹਰਲੇ ਦੇਸ਼ ਭੇਜ ਦੂੰ, ਐਂ ਕਰ ਦੂੰ ਐਂ ਕਰ ਦੂੰ ਯਾਰ, ਮੈਨੂੰ ਮਾਫ਼ ਕਰ ਦੇ। ਪਰ ਤੈਨੂੰ ਮੈਂ ਭੇਜੂ ਬਾਹਰਲੇ ਦੇਸ਼ ਯਾਰ, ਤੂੰ ਉਹਦੇ ਨਾਲ ਪਰ ਇੱਕ ਤਰ੍ਹਾਂ ਤੂੰ ਐਂ ਕਰ ਯਾਰ, ਚਾਹੇ ਆਪਦੀਆਂ ਕਿਡਨੀਆਂ ਵਿੱਚ ਚਾਹੇ ਆਪ ਵੇਖ, ਚੁੱਪ ਕਰਕੇ ਮੇਰੀ ਫਾਇਲ ਲਵਾ ਦੇ, ਮੇਰਾ ਦਿਮਾਗ ਨਾ ਖਰਾਬ ਕਰ। ਉਹ ਯਾਰ ਯਾਰ ਅੱਛ, ਪਰ ਤੈਨੂੰ ਇੱਕ ਕੰਮ ਕਰਨਾ ਪਊਗਾ, ਗੱਲ ਸੁਣ ਤੂੰ ਮੇਰੇ, ਮੈਂ ਜੋ ਕਹੂੰਗਾ ਉਹ ਮੈਂ ਕਰਨਾ ਪਊਗਾ ਤੈਨੂੰ। ਹੁਣ ਤਾਂ ਕੌਮੀ ਕਰ ਰਹੀ ਹੈ, ਵਿਆਹ ਕਰਾਉਣਾ ਪਊਗਾ। ਕਹਿ ਤਾਂ ਰਹੀ ਹੈ ਵੀ ਵਿਆਹ ਕਰਾ ਕੇ ਮੇਰੇ ਨਾਲ ਨਹੀਂ, ਮੇਰੇ ਨਾਲ ਨਹੀਂ, ਇੱਕ ਅੰਕਲ ਹੈਗਾ ਮੇਰਾ ਯਾਰ ਦੋਸਤ ਆ, ਉਹਦੀ 35 ਸਾਲ ਦੀ ਉਮਰ ਆ, ਮੰਨ ਲਓ ਉਹਦੇ ਕੋਲ ਪੈਸਾ 30-35 ਲੱਖ ਰੁਪਇਆ ਉਹਦੇ ਕੋਲ। ਤੇਰਾ ਦਿਮਾਗ ਸੈੱਟ ਆ? ਉਹ ਮੇਰਾ ਸੈੱਟ ਆ, ਤੂੰ ਯਾਰ ਬੰਦਾ ਕਿਹਨੂੰ ਕਰਦਾ ਵਿਆਹ, ਬੰਦਾ ਕਿਹਦੇ ਨਾਲ ਕਰਵਾਵੇ। ਉਹਦੇ ਨਾਲ ਵਿਆਹ ਹੀ ਕੱਚਾ ਵਿਆਹ ਕਰਾਉਣਾ, ਉਹ ਤੇਰੀ ਫਾਇਲ ਲਵਾ ਦੂਗਾ, ਤੂੰ ਬਾਹਰਲੇ ਦੇਸ਼ ਵਗ ਜੀ, ਫਿਰ ਮਿਲਟਕ ਤੂੰ ਕੌਣ ਉਹ ਕੌਣ, ਤੂੰ ਕਿਹੜਾ ਉਹਨੂੰ ਯਾਰ ਕੋਈ ਮਿਲਣਾ, ਆਪਾਂ ਕਿਹੜਾ ਬਸ ਉਹ ਕੱਚਾ ਵਿਆਹ ਕਰਵਾਊਂਗਾ। ਉਹਨੂੰ ਮੈਂ ਕਹਿ ਦੂੰਗਾ ਵੀ ਬਾਹਰਲੇ ਦੇਸ਼ ਜਾਣਾ ਕੁੜੀ ਨੇ, ਵੀ ਪੈਸੇ ਲਾ ਦੇ, ਨਾ ਤੇਰੀ ਜ਼ਿੰਦਗੀ ਸੁਧਰ ਜੂਗੀ, ਨਾਲੇ ਉਹਦੇ ਮੈਂ ਪੰਪ ਆਪ ਹੀ ਦੇ ਦੂੰ, ਸਟੀਲ ਵਾਲੇ ਦਊਂਗਾ ਪੰਪ ਵੀ, ਕਿਹੜੇ ਪਟਣਗੇ ਨਹੀਂ, ਤੂੰ ਟੈਨਸ਼ਨ ਨਾ ਲੈ। ਕਾਮਣ ਮਾਰੀ ਜਾਂਦਾ ਬੈਠਾ, ਤੇਰੇ ਤੋਂ ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ ਤੇਰੇ ਤੋਂ। ਉਹ ਯਾਰ ਸਾਰਾ ਕੁਛ ਹੋਊਗਾ, ਬਸ ਤੂੰ ਜਿਵੇਂ ਜਿਵੇਂ ਮੈਂ ਕਹੀ ਉਵੇਂ ਤੈਨੂੰ ਕਰਨਾ ਪਊਗਾ, ਬਾਹਰਲੇ ਦੇਸ਼ ਮੈਂ ਆਪ ਹੀ ਭੇਜ ਦੂੰ ਤੈਨੂੰ। ਚੰਨੀ ਜਦੋਂ ਵਿਆਹ ਹੋ ਜਾਂਦਾ ਨਾ, ਅਗਲਾ ਖੇੜਾ ਨਹੀਂ ਛੱਡਦਾ ਹੈਗਾ, ਮਾਰੀ ਜਾਂਦਾ ਆਪਦੀ ਗਬੜੀ। ਯਾਰ ਦੁਨੀਆ ਇੰਨੀ, ਦੁਨੀਆ ਵਗ ਗਈ, ਕੁੜੀਆਂ ਵਗ ਗਈਆਂ, ਸਾਰੀਆਂ ਮੁੱਕਰੀ ਜਾਂਦੀਆਂ, ਉਹ ਤੈਨੂੰ ਕੀ ਟੈਨਸ਼ਨ ਆ ਯਾਰ, ਉੱਧਰ ਵਗ ਗਿਆ ਕੋਈ ਨਾ, ਤੈਨੂੰ ਪੁਲਿਸ ਕੇਸ ਪੈਣਾ ਨਾ, ਕੁਛ ਨਹੀਂ ਪੈਣਾ, ਕੁਛ ਨਹੀਂ ਹੁੰਦਾ ਯਾਰ, ਉੱਧਰ ਇੱਕ ਵਾਰੀ ਤੂੰ ਬਾਹਰ ਵਗ ਜੀ, ਜਿਵੇਂ ਜਿਵੇਂ ਤੈਨੂੰ ਮੈਂ ਕਹੀ ਗਿਆ ਨਾ ਉਵੇਂ ਮੈਂ ਘਰੇ ਚੱਲੀ। ਤੂੰ ਤਾਂ ਨਾ ਮੈਨੂੰ ਨੱਚਣ ਵਾਲਾ ਬਾਂਦਰ ਬਣਾਇਆ ਹੋਇਆ, ਵੀ ਜਿਵੇਂ ਕਹੀ ਜਾ ਨਾ ਉਵੇਂ ਕਰੀ ਜਾ। ਉਹ ਯਾਰ ਬਾਹਰ ਲੈ ਜਾਣਾ ਤੈਨੂੰ, ਆਹ ਕੰਮ ਕਰਨਾ ਪਊ, ਨਹੀਂ ਮੇਰੇ ਕੋਲ ਕੁਛ ਵੀ ਨਹੀਂ ਬਸ। ਚੱਲ ਠੀਕ ਆ, ਫਿਰ ਮੈਂ ਤੇਰੇ ਨਾਲ ਵੀ ਵਿਆਹ ਨਹੀਂ ਕਰਾਉਂਦੀ ਹੈਗੀ, ਜਿੱਥੇ ਬੇਬੇ ਕੋ ਉੱਥੇ ਕਰਵਾ ਲੈਂਦੀ ਹਾਂ। ਉਹ ਨਹੀਂ ਨਹੀਂ ਯਾਰ, ਤੈਨੂੰ ਮੰਨਿਆ ਵੀ ਤੇਰੇ ਇੱਕ ਵਾਰੀ ਯਕੀਨ ਕਰਕੇ ਦੇਖ ਮੇਰੇ ਤੇ, ਤੈਨੂੰ ਬਾਹਰਲੇ ਦੇ ਭੇਜ ਕੇ ਸਾਹ ਲਊਂਗਾ ਮੈਂ, ਪਰ ਜਿਵੇਂ ਜਿਵੇਂ ਬਸ ਇੱਕ ਵਾਰੀ ਵਿਆਹ ਕੱਚਾ ਹੀ ਵਿਆਹ ਕਰਾਂ, ਉਹਦੇ ਘਰੇ ਥੋੜ੍ਹੀ ਰਹਿਣਾ ਤੂੰ, ਜ਼ਿੰਮੇਵਾਰੀ ਹੈ ਨਾ, ਸਾਰੀ ਜ਼ਿੰਮੇਵਾਰੀ ਮੇਰੀ ਹੈ, ਮੈਂ ਤੇਰੇ ਨਾਲ ਰਹੂੰਗਾ 24 ਘੰਟੇ, ਤੇਰਾ ਬੋਡੀ ਗਾਰਡ ਬਣ ਕੇ ਰਹੂੰਗਾ, ਟੈਨਸ਼ਨ ਨਾ ਲੈ, ਤੈਨੂੰ ਹੱਥ ਵੀ ਨਹੀਂ ਲਾਉਣ ਦਿੰਦਾ ਯਾਰ ਬਸ। ਚੱਲ ਚੰਗਾ, ਪਰ ਠੀਕ ਹੈ ਪਰ ਮੈਂ ਗੱਲ ਕਰਦਾ ਉਹਦੇ ਨਾਲ, ਪੱਟ ਪਕੜੀ, ਪੱਟ ਵਿਆਹ ਤੇ ਪੱਟ। ਚੱਲ ਠੀਕ ਹੈ, ਚੱਲੀ ਹਾਂ, ਹੁਣ ਬਸ ਬਿੱਲ ਦੇ ਦੇ, ਮੇਰੇ ਕੋਲ ਪੈਸੇ ਹੈ ਨਹੀਂ। ਲੈ ਬਾਈ ਲੈ, ਆ ਜਾ ਚੰਨੀ, ਆ ਜਾ ਆ ਜਾ ਆ ਜਾ, ਉਹ ਚਾਹ ਬਣਾਈ ਬੈਠਾ, ਚਾਹ ਹੈ ਭਈਆ, ਚਲੋ ਮੇਰਾ ਇਹ ਪਾਣੀ ਪਾੜੀ, ਉਹ ਪਾਣੀ ਮੈਂ ਤਾਂ ਪਹਿਲੇ ਵੱਧ ਪਾ ਲਿਆ, ਇੰਨਾ ਪਾਈ ਬੈਠਾ ਹੋਰ ਹੋਰ, ਉਹ ਆਏ ਨਾ ਇੱਥੇ ਕਈ ਜਣੇ ਆ ਜਾਂਦੇ ਆ, ਫਿਰ ਮੈਂ ਤਾਂ ਥਨਮੋਸ ਭਰ ਕੇ ਧਰ ਲੂ, ਜਿਹੜਾ ਆ ਜਾਂਦਾ ਭੈਣ ਭਾਈ ਪੀ ਲੈਂਦਾ। ਉਹ ਗੱਲ ਸੁਣ, ਉਹ ਤੇਰੀ ਖਵਾਇਸ਼ ਪੂਰੀ ਹੋ ਗਈ, ਤੂੰ ਲੱਗਦਾ ਸੁੱਖ ਸੁੱਖ ਸੁੱਕੀ ਆ ਤੂੰ ਕੋਈ। ਕਾਹਦੀ ਖਵਾਇਸ਼ ਪੂਰੀ ਹੋ ਗਈ? ਉਹ ਤੇਰੇ ਵਿਆਹ ਦੀ, ਮੈਨੂੰ ਤਾਂ ਲੱਗਦਾ ਸੁੱਖ ਸੁੱਕੀ ਆ, ਕੰਮ ਉਹਦੀ ਬਣ ਗਿਆ ਤੇਰਾ। ਆਹ ਮਖੌਲ ਕਰਦਾ ਉਹ ਯਾਰ, ਕਮਾਲ ਕਰੀ ਜਾਂਦਾ ਯਾਰ, ਜੜ ਚੰਨੀ ਜਿਹੜੀ ਗੱਲ ਕਰਦਾ ਨਾ ਪੱਕੀ ਕਰਦਾ, ਖੁਦੂ ਗੱਲ ਨਹੀਂ ਕਰਦਾ। ਸੌਂਖਾ ਸੌਂ ਲੱਗੇ ਵੱਡੇ ਬਾਬੇ ਦੀ ਯਾਰ, ਉਹ ਮਜ਼ਾਕ ਥੋੜੀ ਕਰਦਾ, ਤੂੰ ਉਦੋਂ ਯਕੀਨ ਮੰਨੇਗਾ ਜਦੋਂ ਤੇਰੇ ਘਰੇ ਆ ਗਈ ਕੁੜੀ। ਦੇਖ ਮੇਰੇ ਨਾਲ ਪਹਿਲੀ ਜ਼ਿੰਦਗੀ 'ਚ ਬਹੁਤ ਮਜ਼ਾਕ ਹੋ ਗਏ, ਕਿਤੇ ਉਹ ਦੁਬਾਰੇ ਨਾ ਮਜ਼ਾਕ ਕਰਦੀ, ਮੇਰਾ ਦਿਲ ਟੁੱਟ ਜੂਗਾ। ਉਹ ਨਹੀਂ ਨਹੀਂ ਉਹ ਇਹੋ ਜਿਹਾ ਕੰਮ ਨਹੀਂ ਕਰਦਾ ਮੈਂ, ਪੱਕਾ ਜਿੱਥੇ ਪੱਕਾ ਪੈਂਚਰ ਹੀ ਲਵਾਂ ਉਹਦੇ ਵਾਂਗੂ। ਗੱਲ ਸੁਣ, ਇੱਕ ਕੁੜੀ ਦਾ ਸੁਪਨਾ ਹੈ, ਕੁੜੀ ਤਾਂ ਹੈਗੀ ਆ ਠੀਕ ਆ ਸਾਰੀ, 20-22 ਸਾਲ ਦੀ ਕੁੜੀ ਤਾਂ ਹੈਗੀ, ਮੇਰਾ ਬੰਦਾ ਨਾ 22 ਸਾਲ ਦੀ, ਮੇਰੀ ਉਮਰ 35 ਸਾਲ ਦੀ। ਉਹ ਗੱਲ ਸੁਣ ਲੈ, ਉਹ ਸੂਰਿਆਵੰਸ਼ ਫਿਲਮ ਦੇਖੀ ਤੂੰ? ਹਾਂ ਬਹੁਤ ਦੇਖੀ ਹੈ, ਲੰਬੂ ਦੀ। ਹਾਂ ਉਹ ਜਿਹੜੀ ਜੀ ਕੁੜੀ ਉਹ ਲੱਗਦੀ ਹੁੰਦੀ ਆ, ਉਹ ਕਲੈਕਟਰਾ। ਹਾਂ ਦੇਖ ਉਹ ਜੀ ਸੋਚ ਵਾਲੀ ਆ, ਉਹ ਕਹਿੰਦੇ ਕੋਈ ਗਰੀਬ ਦੇ ਕੋਈ ਅੱਤਾਚਾਰ ਹੁੰਦਾ ਹੋਵੇ, ਮੈਂ ਉਹਦੇ ਨਾਲ ਇਹੋ ਜਿਹੇ ਨਾਮ ਬੰਦੇ ਨਾਲ ਵਿਆਹ ਕਰਾਉਂ। ਮੈਂ ਲੈ ਤੇਰੀ ਖਵਾਇਸ਼ ਪੂਰੀ ਕਰਤੀ ਮੈਂ, ਨਾ ਮੇਰੇ ਕੋਲ, ਮੈਂ ਕਿਹਾ ਹੈਗਾ ਮੇਰਾ ਯਾਰ ਦੋਸਤ, ਮੈਂ ਤੇਰੇ ਲੱਲਾ ਹੋ ਗਿਆ ਕੰਮ, ਤੇ ਮੈਂ ਕਿਹਾ ਫਿਰ ਦੇਖ ਗੱਲ ਸੁਣ ਲੈ, ਉਹ ਇਕੱਲਾ ਬੰਦਾ ਤੇ ਉਹਦੇ ਨਾਲ ਧੱਕਾ ਵੀ ਬੜਾ ਹੋਇਆ ਉਹਦੇ ਭਰਾ ਨਾਲ, ਮੈਂ ਕਿਹਾ ਮੈਂ ਉਹਨੂੰ ਜਾਣ ਕੇ ਮੋਸ਼ਨ ਜਿਹਾ ਕਰਤਾ, ਉਹ ਕਹਿੰਦੀ ਚੱਲ ਠੀਕ ਆ, ਤੇ ਇੱਕ ਗੱਲ ਉਹ ਤੇ ਕਹਿੰਦੀ ਮੈਂ ਵਿਆਹ ਕਰਾ ਲਊ, ਪਰ ਮੇਰੇ ਸੁਪਨੇ ਪੂਰੇ ਕਰ ਦੂਗਾ ਉਹ? ਕੀ ਸੁਪਨੇ ਪਹਿਲਾਂ ਮੈਂ ਦੱਸ। ਉਹ ਸੁਪਨਾ ਮੈਂ ਕਿਹੜਾ ਤੇਰਾ ਸੁਪਨਾ, ਮੈਂ ਦੱਸ ਤੇਰਾ ਸੁਪਨਾ ਕੀ ਅੰਕਲ, ਮੌਕਾ ਪਿਆ ਤਾ ਕੰਮ, ਕਦੇ ਬਾਹਰਲੇ ਦੇਸ਼ ਜਾਣਾ ਲੈ, ਉਹ ਮੌਕਾ ਮਿਲੀ ਇਹ ਕੀ ਗੱਲ ਹੋਈ, ਬਾਹਰਲੇ ਦੇਸ਼ ਜਾਣਾ
ਮੈਂ ਤੂੰ ਨਾਲ ਲੈ ਜਾਈ ਕਿ ਨਾਲ ਇੱਕ ਸ਼ਰਤ ਹੋਰ ਵੀ ਆ ਕਹਿੰਦੇ ਮੈਂ ਨਾਲ ਲੈ ਕੇ ਜਾਊਂਗੀ ਉਹਨੂੰ ਗੱਲ ਇੱਕ ਤਾਂ ਹੋਰ ਆ ਤੂੰ ਮੈਨੂੰ ਸੱਚੋ ਪੰਜ ਪਾ ਦੀ ਪੈਸਿਆਂ ਦੀ ਕੋਈ ਗੱਲ ਨਹੀਂ ਪੈਸੇ ਮੇਰੇ ਕੋਲ ਹੈਗੇ ਆ ਗੱਲ ਤੇ ਇਹ ਜੇ ਮੈਂ ਪੈਸੇ ਲਾਤੇ ਉਹ ਬਾਹਰ ਜਾ ਕੇ ਬਹਿ ਗਈ ਮੈਂ ਇੱਥੇ ਫੇਰ ਰਹਿ ਜੂੰਗਾ ਉਹ ਨਾ ਨਾਲ ਲੈ ਕੇ ਜਾਊਗੀ ਅਗਲੀ ਸ਼ਰਤ ਕਹਿੰਦੇ ਮੈਂ ਨਾਲ ਲੈ ਕੇ ਜਾਊਂਗੀ ਧੋਖਾ ਨਹੀਂ ਕਰਦੀ ਅਗਲੇ ਨਾਲ ਨਾਲ ਲੈ ਕੇ ਜਾਊਗੀ ਤੈਨੂੰ ਪੱਕਾ ਹਾਂ ਪਹਿਲਾਂ ਤੇਰੀ ਤੇਰੇ ਫੈਲ ਤੇਰੀ ਪਹਿਲੇ ਤੇਰੀ ਫੈਲ ਲੱਗੂਗੀ ਬਾਅਦ ਚ ਉਹਦੀ ਫੈਲ ਦੋਨਾਂ ਦੀ ਜਦੋਂ ਵਿਆਹ ਕੇ ਦੋਨਾਂ ਜੀਆਂ ਦੀ ਲੱਗ ਜਾਂਦੀ ਹੁੰਦੀ ਹੈ ਚੱਲ ਠੀਕ ਹੈ ਫਿਰ ਤਾਂ ਹੈ ਚੱਲ ਮਨਜ਼ੂਰ ਹੈ ਪੈਸੇ ਪੁੱਛਦਾ ਕੋਈ ਚੱਕਰ ਨਹੀਂ ਪੈਸੇ ਆਪਾਂ ਕਿਸੇ ਤੋਂ ਲੈਣੇ ਜਾਂ ਫੜਨੇ ਨਾਲੇ ਉਹ ਤੂੰ ਜੇ ਕੋਈ ਕਹਿਣ ਲੱਗਿਆ ਵੀ ਯਾਰ ਦੇ ਸੂਰੀ ਬਾਂਸ ਵਾਲਾ ਤੂੰ ਉਹਨਾਂ ਉਧਾਰ ਨਹੀਂ ਦਿੱਤਾ ਕਰ ਠੀਕ ਹੈ ਹਾਂ ਬਈ ਹੁਣ ਮੇਰੀ ਉਮਰ ਆ ਤੂੰ ਲੰਬੋ ਦੀ ਵੀ ਖਾਈ ਸੀ ਠੀਕ ਆ ਉਹ ਚਲੋ ਉਮਰ ਤਾਂ ਇੰਨੀ ਤਾਂ ਕਿੰਨੀ ਕੁ ਯਾਰ ਆ ਉਹ 35 ਸਾਲ ਦਾ ਯਾਰ ਜਵਾਬ ਅੱਜ ਕੱਲ ਉਹ ਦੇਖ ਲਾ ਜੇ ਉਹ ਨਹੀਂ ਪ੍ਰਧਾਨ ਰਾਹੁਲ ਗਾਂਧੀ ਅੱਜ ਤੱਕ ਵਿਆਹ ਨਹੀਂ ਕਰਾਇਆ ਉਹ 40 ਦਾ ਹੋਣ ਵਾਲਾ ਤੇ ਉਹ ਸਲਮਾਨ ਖਾਨ ਆ ਉਹ ਪਿਆ ਦਾ ਹੋਣ ਵਾਲਾ ਅੱਜ ਤੱਕ ਨਹੀਂ ਵਿਆਹ ਕਰਾਇਆ ਤੂੰ ਤਾਂ ਹੈ ਹੀ 35 ਦਾ ਨਾਲੇ ਸਲਮਾਨ ਖਾਨ ਮੇਰੇ ਨਾਲ ਕਿ ਮੇਰਾ ਅਲਜੂ ਯਾਰ ਮੈਂ ਤਾਂ ਦੇਖ ਭਾਵੇਂ ਉਹ ਤੇਰੀ ਤਾਂ ਮੰਨ ਲਓ ਸਲਮਾਨ ਖਾਨ ਦੇ ਵਾਲਾ ਕੋਈ ਦੋ ਮਾਰਨ ਵਾਲਾ ਆਪਣੇ ਤੇਰੇ ਤੋਂ ਡਰਦਾ ਕੋਈ ਬੰਦਾ ਸਰਦਾਰ ਬੰਦੇ ਤੋਂ ਕੋਈ ਹੱਥ ਨਹੀਂ ਪਾਉਂਦਾ ਸਹੀ ਗੱਲ ਹੈ ਸਹੀ ਗੱਲ ਹੈ ਵੀ ਸਰਦਾਰ ਖੜਾ ਤਾਂ ਆਰ ਕੇ ਕਹਿਣਾ ਚੱਲ ਠੀਕ ਆ ਪੱਕਾ ਹਾਂ ਕਰਦਾ ਚਾਹ ਪੀਣੀ ਚਾਹ ਤੇਰੀ ਚਾਹ ਪੀਣਾ ਮੈਂ ਤੇ ਉਹ ਉਹ ਕੀ ਕਹਿੰਦਾ ਜੀ ਹਾਂ ਸਮਝਿਆ ਤੇਰੀ ਮੇਰੀ ਤਾਂ ਹਾਂ ਗਈ ਮੈਂ ਕਿਹਾ ਤੋ ਕਹਿਣਾ ਮੇਰੇ ਨਾਲ ਗੱਲ ਨੂੰ ਲਿਆ ਮੈਂ ਕਰਦਾ ਬਿਸਕਟ ਲਿਆ ਚੱਲ ਲੱਡੂ ਲਿਆ ਜਾ ਭੱਜ ਮੈਨੂੰ ਚਾਹ ਦੇ ਨਾ ਚੱਲ ਲੱਡੂ ਲਿਆ ਫਿਰ ਭੱਜ ਇਹਦੇ ਆਹ ਪਾ ਦੇ ਹਾਂ ਮੈਂ ਆਹ ਪਾ ਕੁਰਚਾ ਪਾਇਆ ਨਹੀਂ ਜੇ ਇੱਕ ਬਈ ਪਾਉਣਾਗਾ ਚਲ ਮੈਂ ਪਾਵਾਂ ਮੈਂ ਪਾ ਦੂੰਗਾ ਚਲ ਕੋਈ ਗੱਲ ਤੂੰ ਲੈ ਮੰਮੀ ਆ ਲੱਡੂ ਲੈ ਕੇ ਭੱਜ ਮੈਂ ਲੈਣਾ ਇੱਥੇ ਫੜ ਲਿਆਉਣਾ ਭੱਜ ਕੇ ਹਾਂ ਲਿਆ ਲੱਡੂ ਲਿਆ ਮੂੰਹ ਮੁੱਠਾ ਕਰਕੇ ਤੈਨੂੰ ਮੈਂ ਖੋਣਾ ਮੋਤੀ ਚੋਰ ਦਾ ਲੱਡੂ ਨਾ ਅੰਦਰ ਲੰਘਣਾ ਨਾ ਤੇਰੇ ਬਾਹਰ ਆਉਣਾ ਅੰਦਰ ਹੀ ਬੋਲ ਮੂੰਹ 'ਚ ਫਸੂਗਾ ਲਾਜ ਤੱਕ ਨਹੀਂ ਆਇਆ ਚਾਹ ਵੀ ਲਿਆ ਪਾ ਕੇ ਮੈਂ ਤੇ ਲਾ ਆ ਗਿਆ ਆ ਲੈ ਤਾਂ ਮੇਰੇ ਨਹੀਂ ਭਰਾ ਤੇਰੇ ਬਿਸਕੁਟ ਤਾਂ ਮੈਂ ਤਾਂ ਲਿਆ ਫਿਰ ਮਟਰ ਜੀ ਉਹ ਬਿਸਕੁਟ ਤੋੜੀ ਗਿਆ ਸੀ ਉਹ ਲੱਡੂ ਗਿਆ ਸੀ ਤੈਨੂੰ ਉਹ ਲੱਡੂ ਹੁਣ ਉਹ ਕਰੇ ਗਿਆ ਵਾ ਲੱਡੂ ਵੀ ਤੈਨੂੰ ਖਵਾ ਚਲ ਕੋਈ ਗੱਲ ਨਹੀਂ ਤਾਂ ਖਾ ਲਈ ਚਾਹ ਮੋੜ ਲਿਆ ਮੰਗੀ ਤਾਂ ਕਹੀਦਾ ਤਾਂ ਮਿੱਠਾ ਮੂੰਹ ਤਾਂ ਮੇਰੇ ਸਾਲੇ ਮੈਂ ਨੂ ਲੈ ਕੇ ਤੇ ਉਹ ਨਾ ਭੱਜ ਜਿਹੜੀ ਵਿਆਹ ਕਰਾ ਕੇ ਲਿਆਉਂਗਾ ਪਰ ਨਹੀਂ ਨਹੀਂ ਹੋਰ ਜਿਹਦਾ ਆਪਾਂ ਪਹਿਲੇ ਹੀ ਆ ਗਿਆ ਅਗਲਾ ਕੋ ਪਹਿਲਾਂ ਮਿੱਠਾ ਤਾਂ ਖਵਾਇਆ ਨਹੀਂਗਾ ਪਹਿਲੀ ਮੈਂ ਨੂ ਲੈ ਤੇ ਬਾਲੇ ਕਰਮ ਤੇ ਆ ਤੇਰੇ ਇਹ ਭਰਾ ਦੀ ਘਰ ਵਾਲੀ ਤੂੰ ਬੜੀ ਸੋਹਣੀ ਆ ਉਹ ਤਾਂ ਕੁਛ ਵੀ ਤੇਰੇ ਘਰ ਵਾਲੇ ਸੌਂਗਾ ਇਹਦਾ ਬਣ ਗਈ ਗੱਲ ਆ ਹਾਂ ਬੜਾ ਕੁਛ ਵੀ ਨਹੀਂ ਹੋਈ ਤਾਂ ਹੁੰਦਾ ਮੈਨੂੰ ਤਾਂ ਕਹਿੰਦੇ ਸੀਗੇ ਕਹਿੰਦੇ ਤਾਂ ਇਹ ਆਈ ਰਹਿ ਗਿਆ ਇਹਦਾ ਰਿਸ਼ਤੇ ਨਹੀਂ ਹੁੰਦਾ ਐਂ ਕਹਿ ਰਿਹਾ ਗਿਆ ਮੇਰੇ ਹੁੰਦੇ ਉਹ ਦੇਖੀ ਜਾਈ ਉਹ ਸੋਹਣੀ ਤਾਂ ਬਹੁਤ ਹੈ ਬੜੀ ਸੋਹਣੀ ਆ ਬਾਈ ਸਾਲ ਦੀ ਕੁੜੀ ਆ ਜਿਹੜਾ ਪਰੀਆਂ ਵਰਗੀ ਆ ਇੰਨੀ ਸੋਹਣੀ ਆ ਹੋਰ ਹੋਰ ਪਰ ਕਹਿੰਦੇ ਤਾਂ ਤਾਂ ਉਤਰਦੀ ਹੁੰਦੀ ਕਹਿੰਦੇ ਇੰਦਰ ਪਰੀਆਂ ਨਹੀਂ ਕਹਿੰਦੇ ਇੰਦਰ ਪਰੀਆਂ ਮੈਂ ਪਹਿਲਾਂ ਬਾਤਾਂ ਸੁਣਦਾ ਹੁੰਦੇ ਮੇਰੇ ਬੇਬੇ ਦੀਆਂ ਉਹ ਕਹਿੰਦੀ ਹੁੰਦੀ ਸੀ ਇੰਦਰ ਪਰੀਆਂ ਤਾਂ ਤਾਂ ਉਤਰਦੀ ਹੁੰਦੀਆਂ ਗੀਆਂ ਉਹ ਸਪੈਸ਼ਲ ਤੇਰੇ ਕਰਕੇ ਉਤਰੀ ਆ ਉਤਰਾ ਦਾ ਤੂੰ ਪਿਛਲੇ ਜਨਮ 'ਚ ਮੋਤੀ ਪੁੰਨ ਕੀਤੇ ਲੱਗਦੇ ਆ ਉਹ ਮੋਤੀ ਦਾ ਪੁੰਨ ਕਰਿਆ ਮੈਨੂੰ ਮਾੜਾ ਮਾੜਾ ਡਰ ਜਾਵੇ ਲੱਗੀ ਜਾਂਦਾ ਉਹ ਚੱਲ ਤੇਰੀ ਮਰਜ਼ੀ ਜੇ ਕਰਾਉਣਾ ਕਰਾ ਲਾ ਮੈਨੂੰ ਕਰਾਉਣਾ ਹੈ ਨਾ 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 ਗੱਲ ਦੁਬਾਰੇ ਕਹਿੰਦੀ ਨਾ 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 ਲੈ ਮਟਰ ਹੋਊਗਾ ਨਾ ਮਟਰ ਤਾਂ ਮੈਂ ਖਾ ਲੂੰਗਾ ਆਹੋ ਆ ਦੱਸ ਦੇ ਆਪਾਂ ਨੇ ਕੋਈ ਗੱਲ ਨਹੀਂ ਮੈਂ ਤੇ ਮਾਂ ਬਣਾਇਆ ਸੀ ਤੂੰ ਕਹਿਣਾ ਯਾਰ ਮੈਂ ਤਾਂ ਕਹਿਣਾ ਹੁਣ ਲੈ ਲੈ ਬੋਲ ਗੱਲ ਕਰ ਤੂੰ ਕੱਲ ਕਰ ਅੱਜ ਮੈਂ ਤਾਂ ਅੱਜ ਹੀ ਲਿਆਉਂਗਾ ਇੰਨੀ ਕਾਲੀ ਵੀ ਨਾ ਕਰ 2-4 ਦਿਨ ਰੁਕ ਜਾ ਪੇਪਰ ਜਾ ਪੂਰਾ ਹੋ ਜਾਂਦੇ ਉਹਦਾ ਤੂੰ ਪੇਪਰ ਮੈਂ ਇੱਥੇ ਦਵਾ ਦੂੰਗਾ ਚੱਲ ਠੀਕ ਹੈ ਫਿਰ ਮੈਂ ਕਰ ਲੂੰਗਾ ਗੱਲ ਉਹਦੇ ਨਾਲ ਆਹੋ ਕਿਹੜੇ ਥਾਂ ਜਾਂਦੀ ਆ ਪੇਪਰ ਦੇਣ ਮੈਂ ਤਾਂ ਪਿੰਡ ਕੀ ਨਾ ਦਵਾ ਦੂੰ ਯਾਰ ਇੰਨੀ ਕੁ ਤਾਂ ਆਪਣੀ ਚੱਕੀ ਆ ਉਹ ਦਾ ਉਹ ਸੈਂਟਰ ਹੁੰਦਾ ਉਹਨਾਂ ਦਾ ਉਹ ਸੈਂਟਰ ਮੈਂ ਇੱਥੇ ਚਕਾ ਲਿਆ ਹੂੰ ਰੁਪਿਆ ਲੱਗ ਜੂ 5-4 ਲੱਖ ਕਿੱਡੀ ਗੱਲ ਆ ਚੱਲ ਕੋਈ ਗੱਲ ਤੇਰੀ ਖਵਾਇਸ਼ ਪੂਰੀ ਕਰਾਵਾਂਗੇ ਚੱਲ ਕੋਈ ਨਾ ਰੁਕ ਜਾ ਦੋ ਦਿਨ ਪੈਸੇ ਚਾਹੀਦੇ ਪੈਸੇ ਨਾਲ ਕੁਝ ਮਰਜ਼ੀ ਕਰ ਲਾ ਹਾਂ ਇਹ ਤਾਂ ਗੱਲ ਤੇਰੀ ਜਿੱਥੇ ਪੇਪਰ ਹੁੰਦਾ ਯਾਰ ਉੱਥੇ ਮੈਂ ਗੱਡੀ ਤੇ ਭੇਜ ਦਿਆ ਕਰੂੰ ਉਹਨੂੰ ਰੋਜ਼ ਗੱਡੀ ਕਰਾ ਦੂੰਗਾ ਚੱਕ ਭਾਈ ਗੱਡੀ ਇਹ ਚ ਕੀ ਗੱਲ ਆ ਵਧੀਆ ਪੇਪਰ ਦਿਵਾ ਕੇ ਲਿਆ ਕਰੂੰ ਵਧੀਆ ਪੂਰਾ ਚੱਲ ਠੀਕ ਹੈ ਫਿਰ ਕੱਲ ਨੂੰ ਮੈਂ ਕਰ ਲਵਾਂਗਾ ਤੂੰ ਲਿਆ ਸਹੀ ਯਾਰ ਐ ਪੈਸੇ ਤਾਂ ਨਹੀਂ ਮਾਰੇ ਤਾਂ ਬਸ ਵਿਆਹ ਨਹੀਂ ਹੋਇਆ ਮੇਰਾ ਉਹ ਪੈਸੇ ਤਾਂ ਨਹੀਂ ਮਾਰੇ ਆਪਾਂ ਪੈਸੇ ਬਥੇਰੇ ਸਾਰਾ ਕੁਛ ਹੈਗਾ ਰੌਲਾ ਤਾਂ ਬਚਾ ਕਰਦਾ ਰਹਿ ਗਿਆ ਮੇਰਾ ਭਰਾ ਕਹਿੰਦਾ ਉਹਨੇ ਵਿਆਹ ਕਰਾ ਲਿਆ ਕਹਿੰਦਾ ਰੋਟੀ ਖਾਣੀ ਆ ਤੂੰ ਖਾਈ ਚੱਲ ਤੂੰ ਵਿਆਹ ਤੋਂ ਕੀ ਲੈਣਾ ਮੈਂ ਤਾਂ ਉਹਦੇ ਖਾਤਰ ਆਪਦੀ ਜ਼ਿੰਦਗੀ ਖਰਾਬ ਕਰ ਲਈ ਨਾ ਰੋ ਹਾਂ ਰੋ ਮਾਣਾ ਤਾਂ ਹੋਰ ਕੀ ਕਰਾਂ ਮੇਰਾ ਮੂਡ ਖਰਾਬ ਕਰੀ ਨਾ ਮੈਂ ਚਾਹ ਵੀ ਪੀਤੀ ਸਾਰੀ ਤੋਂ ਲੱਸੀ ਦਾ ਉਹ ਆਈ ਨਹੀਂ ਮੈਂ ਤਾਂ ਐ ਕਹਿੰਦਾ ਵੀ ਮੈਂ ਜਦੋਂ ਉਹਦੇ ਬਾਰੇ ਸੋਚਿਆ ਸੀ ਉਹਨੇ ਮੇਰੇ ਬਾਰੇ ਵੀ ਸੋਚਣਾ ਸੀ ਉਹ ਪਰ ਤੇਰਾ ਤਾਂ ਜੋ ਕਰਦਾ ਰੱਬ ਚੰਗੇ ਲਈ ਕਰਦਾ ਹੁੰਦਾ ਹੁਣ ਚੰਗੇ ਹੀ ਹੋਇਆ ਤੇਰਾ ਨਾ ਤਾਂ ਰੁਪਿਆ ਦਿੱਤਾ 10 ਲੱਖ ਉਹ ਤੇਰਾ 35 ਲੱਖ ਤੇ ਬਚ ਗਿਆ ਉਹ 35 ਲੱਖ ਤਾਂ ਮੇਰਾ ਉਹ ਆ ਆਪਣਾ ਵਿਆਜ ਤੇ ਧਰਿਆ ਵਾ ਰੁਪਿਆ ਦਾ 50 ਲੱਖ ਦੇ ਐਫਡੀ ਵੀ ਕਰਾਈ ਵੀ ਆ ਪੈਸੇ ਤਾਂ ਬਥੇਰੇ ਆ ਪੈਸੇ ਦੇ ਕੋਈ ਗੱਲ ਨਹੀਂ ਬਸ ਰੌਲਾ ਪੈਸਿਆਂ ਨੂੰ ਕੀ ਕਰਾਂ ਮੈਂ ਤਾਂ ਇਹ ਕਹਿੰਦਾ ਵੀ ਘਰੇ ਕੋਈ ਸਹੀ ਨਹੀਂਗਾ ਪਰ ਇੱਕ ਦੀ ਥਾਂ ਤੇ ਬਸ ਦੋ ਘਰ ਵਾਲੇ ਲਿਆਈ ਤੂੰ ਤੇ ਇੰਨਾ ਪੈਸਾ ਤੇਰੇ ਕੋਲ ਅੱਜ ਕੱਲ ਪੈਸਾ ਚੱਲਦਾ ਸਾਰਾ ਕੁਝ ਤੂੰ ਮੈਨੂੰ ਉਦੋਂ ਹੀ ਲਿਆਂਦਾ ਵੀ ਐਂ ਲਿਆ ਕੇ ਮਿਲਦੇ ਮੈਂ ਤਾਂ ਐਂ ਸਮਝ ਲਿਆ ਮੈਨੂੰ ਤਾਂ ਹੁੰਦਾ ਨਹੀਂ
ਉਹ ਮੈਨੂੰ ਤਾਂ ਦੱਸੇ ਪਰਸ ਜਿੱਤੇ ਕਿ ਮੇਰੇ ਕੋਲ ਪੈਸਾ ਹੈਗਾ, ਮੈਨੂੰ ਤਾਂ ਐਂ ਪੈਸੇ ਪੁੱਛ ਦੇ ਨਹੀਂ ਤੇ ਉਹ ਲੰਗ ਮਲੰਗ ਇਹਨੂੰ ਕਿਉਂ ਨਹੀਂ ਦੇਣੀ ਹੈ? ਕਿਉਂ ਲੰਗ ਮਲੰਗ ਕਾਹਦੇ ਨਾਲ ਬੰਦਰ, ਉਹ ਤਾਂ ਕੱਚੀਆਂ ਗੱਲਾਂ ਕਰੀ ਜਾਂਦਾ ਗਾ। ਨਾ ਨਾ ਕੋਈ ਗੱਲ ਨਹੀਂ, ਹੁਣ ਤੱਕ ਮੈਂ ਜੋੜੇ ਪੈਸਾ ਮਾਊਸ ਕੰਮ ਕੀ ਕਰਿਆ ਮੈਂ, ਜਿਹੜਾ ਵਾਹਣ ਦਾ ਠੇਕਾ ਹੁੰਦਾ ਸੀਗਾ ਮੈਂ ਮੇਰੇ ਕੀ ਦੱਸੇ ਤੇ ਜਵਾਕਾਂ ਨੂੰ ਉਹ ਕਰਦਾ ਸੀਗਾ, ਚੁੱਪ ਕਰਕੇ ਬੈਂਕ 'ਚ ਧਰ ਦਿੱਤਾ ਸੀ, ਮੈਂ ਖਰਾਬ ਨਹੀਂ ਕਰਿਆ ਪੈਸਾ, ਮੈਂ ਕੀ ਕੋਈ ਨਸ਼ੇ ਖਾਣਾ ਗਾ ਇੱਥੇ। ਬਸ ਫਿਰ ਤੇਰੀ ਗੱਲ ਬਣ ਗਈ ਬਸ, ਉਹ ਤਾਂ ਉਹ ਉਹਨਾਂ ਛੜਿਆਂ 'ਚ ਨਹੀਂ, ਮੈਂ ਲਿਆਏ ਆ ਕੇ ਦਾਦੂ ਦੀ ਬੋਤਲ ਲਾਈ ਪੀ ਕੇ ਖਰਾਬ ਕਰਿਆ, ਮੈਂ ਤਾਂ ਇੱਕ ਰੁਪਇਆ ਨਹੀਂ ਲਾਉਂਦਾ। ਹਾਂ ਬਿਨਾਂ ਫਾਲਤੂ ਇਹ ਤੇਰੀ ਸਿਫਤ ਕਰਨ ਵਾਲੇ, ਨਾ ਕੋਈ ਨਸ਼ਾ ਕਰਦਾ ਨਾ ਕੋਈ ਦਾਲ ਬੰਦਾ, ਕੋਈ ਐ ਵੇ ਨਹੀਂ, ਬਸ ਆਹ ਕੱਲਾ ਆਇਆ ਵਾ ਤੇਰੇ ਕੋਲ, ਕੋਈ ਘਰ ਦਾ ਵਿਆਹ ਨਹੀਂ ਹੋਇਆ ਤੇਰਾ, ਇਹ ਵੀ ਤੇਰਾ ਐਪ ਪੂਰਾ ਹੋ ਗਿਆ। ਉਹ ਵਿਆਹ ਵੀ ਮੈਂ ਤਾਂ ਕਰਾਉਣਾ ਗਾ, ਨਹੀਂ ਤਾਂ ਇਹਨੂੰ ਲੋੜ ਵੀ ਨਹੀਂ ਸੀਗੀ, ਕਹਿੰਦੇ ਹੁੰਦੇ ਕਿ 3 ਮਹੀਨਾ ਘਰ ਵੱਧ ਜਾਂਦਾ ਗਾ, ਮੈਂ ਚੱਲ ਆ ਗਿਆ, ਜਿਹੜਾ ਮੇਰਾ ਪੈਸਾ ਟਕਾ ਨਾ ਇਹ 3 ਮਹੀਨੇ ਸੰਭਾਲ ਲੂਗਾ, 3 ਮਹੀਨੇ ਸੰਭਾਲ ਦੇ ਹੁੰਦੇਗਾ। ਹਾਂ 3 ਮਹੀਨਾ, ਇਹ ਤੇਰੀ ਗੱਲ ਸਿਆਣੀ ਆ। ਹੈ ਪਰ ਇੱਕ ਗੱਲ ਹੋਰ ਵੀ ਆ, ਜਿਹੜੀ 3 ਮਹੀਨੇ ਘਰ ਵੀ ਸਵਰਗ ਵੀ ਬਣਾ ਦਿੰਦੀ ਆ ਤੇ ਨਰਕ ਵੀ ਬਣਾ ਦਿੰਦੀ ਆ, ਇਹ ਤਾਂ ਨਾ ਭਰਾ, ਮੈਨੂੰ ਤਾਂ ਸਵਰਗ ਵਾਲੀ ਚਾਹੀਦੀ ਆ ਭਰਾਵਾ, ਨਰਕ ਤਾਂ ਨਹੀਂ ਨਹੀਂ ਉਹ ਬੰਦੇ ਦੇ ਸਾਰੇ ਹੁੰਦਾ ਨਾ। ਅੱਛਾ ਫੇਰ ਠੀਕ ਹੈ, ਜਾ ਗੱਲ ਆ, ਫੇਰ ਠੀਕ ਹੈ, ਫੇਰ ਠੀਕ ਹੈ, ਬੰਦੇ ਦੇ ਸਾਰੇ ਹੁੰਦਾ। ਹਾਂ ਮੈਨੂੰ ਡਰ ਲੱਗਦਾ ਜਦੋਂ ਆਹ ਗੱਲ ਕਹਿਣਾ ਹੋਇਆ, ਇਹ ਜੀ ਤਾਂ ਮੇਰੇ ਨਾਲ ਪਹਿਲੀ ਬਹੁਤ ਹੋਈ ਜਾਂਦੀ ਆ, ਲੋਕਾਂ ਦੇ ਦਿਲ ਕਿਹੜੇ ਪਾਸੇ ਹੁੰਦਾ ਗਾ, ਦਿਲ ਕਿਹੜੇ ਪਾਸੇ ਹੁੰਦਾ ਜੰਨੀ? ਓਏ ਆ ਖੱਬੇ ਪਾਸੇ ਹੁੰਦਾ, ਸੱਜਾ ਇੱਧਰ ਖਾ ਇੱਧਰ ਹੁੰਦਾ ਹੈ। ਹਾਂ ਜੇਬ ਵਾਲੇ ਦੇ, ਫਿਰ ਮੈਨੂੰ ਤਾਂ ਐ ਲੱਗਦਾ ਮੇਰਾ ਤਾਂ ਜੇਬ ਲਾਈ ਹੈ ਉਹ ਦਿਲ ਪਾੜ ਨਾ ਜਾਵੇ, ਫਿਰ ਮੇਰੇ ਇੱਧਰਲੇ ਪਾਸੇ ਹੋਊਗਾ, ਮੇਰੇ ਤਾਂ ਜਦੋਂ ਕੁਛ ਹੁੰਦਾ ਮੇਰੇ ਇੱਧਰ 'ਚ ਹੋਣ ਲੱਗ ਜਾਂਦਾ ਗਾ, ਫਿਰ ਮੇਰੇ ਉਹ ਤੋਂ ਕਰਮ ਵਾਲਾ, ਫਿਰ ਤੇ ਪਤਾ ਨਹੀਂ ਕਿੰਨੇ ਆ, ਫਿਰ ਹੋਰ ਦੇਖ ਲਾ ਆ ਦੇਖ, ਦੰਦ ਲੋਕਾਂ ਦੇ ਤਾਂ ਹਲੇ ਬਾਹਰ ਹੁੰਦੇ ਨਾ, ਮੇਰੇ ਥੱਲੜੇ ਬਾਹਰ ਆ ਦੇਖ। ਹਾਂ ਕਿਤੇ ਮੈਂ ਤੇ ਜਾ ਪੱਕਾ ਹੀ ਤੂੰ ਕਰਮ ਵਾਲਾ ਬਈ, ਬਾਕੀ ਕਰਮ ਵਾਲਾ ਪੱਕਾ ਹੀ ਮੋਤੀ, ਕਿਸੇ ਦੇ ਮਰਜ਼ੀ ਦੇਖ ਲਈ ਤਾਂ ਹਲੇ ਦੰਦ ਬਾਹਰ ਹੋਣਗੇ, ਆ ਦੇਖ ਮੇਰੇ ਥੱਲੜੇ ਦੰਦ ਬਾਹਰ ਹੈ। ਬਸ ਤੂੰ ਵੇ ਕੋਈ ਵੱਡਾ ਹੀ ਪੁੰਨ ਕੀਤਾ ਤੂੰ ਲੱਗਦਾ, ਡਾਕਟਰ ਚੱਕਰ ਵਾਲੀ ਮੈਂ ਹੁਣ ਜਾਣਾ ਗੱਲ ਕਰਕੇ, ਮੈਂ ਕੀ ਚੱਕਰ ਕਰਾਉਣਾ ਯਾਰ, ਜਿੱਦਣ ਮਰਜ਼ੀ ਹੋਵੇ ਆਪਾਂ ਕੀ ਲੈਣਾ। ਬਸ ਠੀਕ ਆ, ਆਹੋ ਚਲ ਆਪਾਂ ਦਾ ਰਿਸ਼ਤੇ ਚਾਹੀਦਾ, ਆਪਾਂ ਕੀ ਲੈਣਾ, ਦਿਲ ਇੱਧਰ ਹੋਵੇ ਚਾਹੇ ਇੱਧਰ ਹੋਵੇ ਭਾਵੇਂ ਵਿਚਾਲੇ ਹੋਵੇ, ਆਪਾਂ ਕੀ ਲੈਣਾ ਯਾਰ, ਆਪਾਂ ਦਾ ਰਿਸ਼ਤਾ ਚਾਹੀਦਾ, ਹੁਣ ਕਿਹੜਾ ਦਿਲ ਦੇਖਣਾ ਕਿੱਧਰ ਹੋਵੇ, ਕਿੰਨੀ ਗੱਲ ਆ, ਤੂੰ ਚਾਹ ਪੀ ਆਪਾਂ ਕੀ ਲੈਣਾ, ਕੋਈ ਗੱਲ ਨਹੀਂ, ਪੈਸਿਆਂ ਦਾ ਕੀ ਆ ਕੁਛ ਨਹੀਂ ਹੁੰਦਾ। ਤੁਤ ਵਿਆਹ ਹੋ ਗਿਆ ਤੁਹਾਡਾ, ਵਧੀਆ ਹੋ ਗਿਆ, ਮੇਰਾ ਮਨ ਹੁਣ ਐਂ ਸ਼ਾਂਤੀ ਜਾ, ਜਦੋਂ ਪਿੰਡ 'ਚੋਂ ਪਤਾ ਲਿਆ ਨਾ ਵੀ ਇਹ ਐਡੀ ਵੱਡੀ ਉਮਰ ਕਿਵੇਂ ਹੋ ਗਈ, ਵੀ ਕੋਈ ਨਸ਼ਾ ਪੱਤਾ ਕਰਦਾ ਸੀ, ਕੋਈ ਬੀੜੀ ਸਿਗਟ ਜਾਂ ਕੋਈ ਜਰਦਾ ਜਾਂ ਭੁੱਕੀ ਚਿੱਟਾ ਵਗੈਰਾ ਲਾਉਂਦਾ ਸੀਗਾ, ਅਤੇ ਸਾਰੇ ਪਿੰਡ ਨੇ ਤੇਰੀ ਇੰਨੀ ਸ਼ਹਿਦੀ ਦਿੱਤੀ ਵੀ ਇਹ ਤਾਂ ਕੋਈ ਨਸ਼ਾ ਇਹਨੇ ਤਾਂ ਦੇਖਿਆ ਤੱਕ ਨਹੀਂ, ਖਾਣਾ ਤਾਂ ਪਰੇ ਰਿਹਾ, ਅਤੇ ਫਿਰ ਮੇਰੇ ਮਨ ਨੂੰ ਸ਼ਾਂਤੀ ਆਈ ਪੁੱਤ। ਅਤੇ ਇੱਕ ਹੋਰ ਗੱਲ ਤੈਨੂੰ ਮੈਂ ਦੱਸਾਂ, ਅਤੇ ਇਹਦਾ ਨਾ ਮੈਂ ਮੇਰੀ ਧੀ ਦਾ ਸੁਪਨਾ ਸੀਗਾ, ਪੜ੍ਹੀ ਲਿਖੀ ਬਥੇਰੀ ਹੈ ਵੀ ਆਈਲੈਟਸ ਕਰਕੇ ਮੈਂ ਬਾਹਰ ਜਾਣਾ, ਅਤੇ ਮੇਰੇ ਹਾੜੇ ਹੱਥ ਬਣ ਕੇ ਬੇਨਤੀ ਹੈ ਅਤੇ ਤੂੰ ਇਹਦਾ ਸੁਪਨਾ ਤੋਂ ਪੂਰਾ ਕਰ ਦੇ। ਬੇਬੇ ਆਹ ਕੀ ਗੱਲਾਂ ਕਰਦੀ ਹੈ, ਜੇ ਤੇਰੀ ਧੀ ਆ ਮੇਰੀ ਵੀ ਧੀ ਆ, ਉਹ ਚੱਲ ਹੁਣ ਤਾਂ ਮੇਰੇ ਘਰ ਵਾਲੀ ਆ ਹੱਚ, ਇਹ ਕੋਈ ਗੱਲ ਨਹੀਂ, ਮੈਂ ਪੂਰੀ ਦੇਖਭਾਲ ਕਰੂੰ, ਤੈਨੂੰ ਕਿਸੇ ਚੀਜ਼ ਦਾ ਲਾਂਭਾ ਨਹੀਂ ਆਉਂਦਾ। ਜੀ ਮੈਂ ਸੁਣੀਦਾ ਸੀ ਉਹੀ ਗੱਲ ਹੋ ਗਈ, ਲੋਕ ਵੀ ਕਹਿੰਦੇ ਵੀ ਭੋਲਾ ਇਹਦੇ ਮਨ 'ਚ ਭੋਰਾ ਪਾਪਣੀ, ਤੂੰ ਤਾਂ ਉਹੀ ਗੱਲ ਕਰਤੀ, ਹੈ ਹੀ ਭੋਲਾ ਤੂੰ ਤਾਂ। ਓਹੋ ਜੇ ਭੋਲਾ ਸੀਗਾ ਤਾਂ ਹੀ ਫਿਰ ਇੰਨੀ ਉਮਰ ਹੋ ਗਈ, ਕੀ ਲੋੜ ਸੀ, ਆਪਦਾ ਭਰਾ ਪਹਿਲਾਂ ਵਿਆਹ ਤਾ ਨਹੀਂ, ਕੀ ਲੋੜ ਸੀਗੀ, ਮੈਂ ਜਾਂ 2 ਰੋਟੀਆਂ ਖਾਣੇ ਖਾਈ ਜਾਵਾਂਗੇ, ਅਤੇ ਨਾਲੇ ਪੈਸਾ ਟੈਕਾ ਲਾਇਆ 10-12 ਲੱਖ ਰੁਪਈਆ ਲਾਇਆ, ਮੈਂ ਤੂੰ ਆਪਦੇ ਸਾਂਭ ਕੇ ਰੱਖ ਲਾ, ਮੈਂ ਆਪਦੇ ਕੋਲੋਂ ਲਾ ਦਿੰਦਾ ਗਾ, ਨਾਲੇ ਤਾਂ ਪੈਸੇ ਲਾਏ ਅਤੇ ਕਰਾ ਕੇ ਵਿਆਹ ਉਹ ਭੱਜ ਗਿਆ, ਮੈਂ ਉਹੀ ਜਿਹਾ ਉਹੀ ਜਿਹਾ ਰਹਿ ਗਿਆ। ਉਹ ਵੀ ਤੈਨੂੰ ਧੋਖਾ ਦੇ ਗਿਆ, ਧੋਖਾ ਦੇਗਾ ਤਾਂ ਹੀ ਇੱਥੇ ਬੈਠਾਂਗਾ, ਉਹੀ ਤਾਂ ਗੱਲ ਗੱਲ ਕਰਾ, ਜਿਉਂਦਾ ਰਹੇ ਚੰਨੀ ਵਿਚਾਰਾ, ਚੰਨੀ ਆ ਕੇ ਕਹਿੰਦਾ ਤੈਨੂੰ ਮੈਂ ਰਿਸ਼ਤਾ ਕਰਾ ਦਿੰਦਾ ਗਾ, ਮੈਂ ਪਹਿਲਾਂ ਤਾਂ ਉਹਨੂੰ ਕਿਹਾ ਤੂੰ ਚੇਹਦਾ ਕਰਦਾ, ਕਹਿੰਦਾ ਚੇਹਦਾ ਨਹੀਂ ਕਰਾਉਣਾ, ਤੈਨੂੰ ਸੱਚੋਂ ਹੀ ਕਰਾਉਣਾ ਗਾ, ਉਹਨੇ ਵਿਚਾਰੇ ਨੇ ਲਿਆ ਕੇ ਕਰਾਤਾ। ਆ ਗਿਆ ਸੀ ਮੇਰੇ ਕੋਲੇ, ਕਹਿੰਦਾ ਵਧੀਆ ਕੁੜੀ ਮੌਜ ਕਰੂਗੀ, ਤੂੰ ਗਰੀਬਣੀ ਐ ਤੇ ਤੂੰ ਕਰ ਦੇ ਮੇਰੇ ਆਖੇ ਤੋਂ। ਸੁਨੂੰ ਨਾ ਰੱਤੀ ਬਾਤ ਦੀ ਸ਼ਿਕਾਇਤ ਨਹੀਂ ਮਿਲਦੀ, ਜਿਵੇਂ ਤੁਸੀਂ ਸੁਨੂੰ ਪਿੰਡ 'ਚ ਵੀ ਕਿਹਾ ਉਵੇਂ ਹੀ ਉਤਰੂੰਗਾ, ਨਾ ਇਹਨੂੰ ਕੋਈ ਮੰਨ ਕੇ ਯਾਰ ਮੈਨੂੰ ਕੋਈ ਬੈਰ ਆ, ਨਾ ਆਪਾਂ ਸਾਰੀ ਮੁਖਤਿਆਰੀ ਇਹਦੀ ਆ, ਉਹ ਤਾਂ ਠੀਕ ਆ, ਉਹ ਤਾਂ ਜਿਵੇਂ ਸੁਣਿਆ ਚੰਗਾ ਕਰੇ ਆਪਦਾ ਮਾੜਾ ਕਰੇ, ਡੋਲੇ 'ਚ ਵਿਗਾੜੀ, ਠੀਕ ਆ, ਉਹ ਇਹਦਾ ਹੀ ਹੈ, ਉਹ ਇਸੇ ਨਹੀਂ ਕਰਨਾ, ਇਹਦੇ 'ਚ ਕੋਈ ਰੋਕ ਨਹੀਂ, ਕੋਈ ਟੋਕ ਨਹੀਂ ਗੀ। ਨਾ ਜਿਵੇਂ ਗੱਲ ਚੰਨੀ ਨੇ ਕਰੀ ਸੀ ਉਹ ਸਹੀ ਨਿਕਲਿਆ, ਜਿਵੇਂ ਕਹਿੰਦੇ ਹੁੰਦੇ ਕਹਿੰਦੇ ਤਾਂ ਹੁੰਦੇ ਆਏ ਵਿਚੋਲਾ ਆ ਕੇ ਵਿੱਚ ਰੱਖਦਾ ਉਹਲਾ, ਪਰ ਉਹਨੇ ਕੋਈ ਉਹਲਾ ਨਹੀਂ ਰੱਖਿਆ, ਸਾਨੂੰ ਸੱਚੀ ਗੱਲ ਦੱਸੀ ਹੈ ਵੀ ਕੋਈ ਬੈਲ ਨਹੀਂ, ਕੋਈ ਵੀ ਗੱਲ ਦਾ ਕਿਸੇ ਗੱਲ ਦਾ ਵੀ ਮੈਥੋਂ ਲਿਖੇ ਲਿਖ ਕੇ ਲੈ ਲਓ, ਪੂਰਾ ਤੱਕ ਬੈਲ ਨਹੀਂ। ਬਾਕੀ ਸਿਰ ਗੱਲ ਰਹੀ ਬਾਹਰ ਜਾਣ ਵਾਲੀ, ਜਿਵੇਂ ਭਾਈ ਇਹ ਕਹੂਗੀ ਪੈਸੇ ਪੂਸੇ ਭਰਨੇ, ਮੈਂ ਤਾਂ ਉੱਥੇ ਭਰ ਦੂੰਗਾ। ਹੋਰ ਪੁੱਤੇ ਦਾ ਸ਼ੌਂਕ ਸੀ ਬਾਹਲਾ ਜ਼ਿਆਦਾ ਵੀ ਮੈਂ ਬਾਹਰ ਜਾਣਾ, ਜੇ ਇਹਦਾ ਸ਼ੌਂਕ ਆ ਉਹ ਮੇਰਾ ਵੀ ਹੁਣ ਸ਼ੌਂਕ ਆ। ਹਾਂ ਠੀਕ ਹੈ ਗੱਲ, ਮੈਂ ਦੇਖ ਮੈਂ ਹੈਗਾ ਸਿੱਧਾ ਸਾਦਾ ਬੰਦਾ, ਆਪਾਂ ਇੱਕ ਗੱਲ 'ਚ ਮੈਂ ਜ਼ਰੂਰ ਕਹਿਣਾ ਵੀ ਮੈਨੂੰ ਕਿਸੇ ਚੀਜ਼ ਧੋਖਾ ਨਾ ਦਿਓ ਬਸ। ਹਾਂ ਇਹ ਤਾਂ ਗੱਲ ਸਹੀ ਹੈ, ਠੀਕ ਹੈ, ਮੈਂ ਪਰਮਾਤਮਾ ਡਰ ਕੇ ਕਹਿਣਾ ਵੀ ਹੈ ਸਾਰਾ ਕੁਝ ਤੁਹਾਡੇ ਹੀ।
पिछे हटांगे तेरे नाल इको ही आना कार्ज हो गया ते मेरा मन भी खुश है हुण कोई नी मेनू ऐ हैगा मेरे दिल च डर मेरी धी औखी होगी मैं तां बड़ा ही खुशी होई पई वी वधिया रिश्ता मिल गया ज्यौदा रहे चनी ओ पुत धिया ने परमात्मा लंबी उम्र करे मैं ओनू सीसा ही देनी है तो मैनू की पता सी गा ना ना कुछ करे कराए बिना तो हुंदा नहीं हुंदा नहीं हाँ चलो कोई गल नहीं कहे जो परमात्मा जेड़ा करदा ना चंगे नु करदा चंगा ही करदा है हाँ। अपना वधिया हो गया हाँ। कोई गल नहीं हुण तुसी आ तो भाई देख लो मैनू तो इन्ना गल्लां दा पता नहीं गा किथे पैसे पूछे भरने मैं तो भरन वाला भर दूंगा तुसी मैनू राय करके दस दिओ भाई इन्ने पैसे चाहिए मैं दे दिया करूंगा नहीं दो जायो कोई गल नी ठीक है जिथे मेरी लोड हुई मैं भी भग जा करूंगा ठीक है ठीक है चल तुसी बेबे रोटी खा ला पहला ठीक है चल वधिया अपना घर बस गया ये भी ठीक है चल इहदा भी सुभाअ ठीक है चल माँ का भी सुभाअ ठीक है चल टाइम लंघ जो सफेट के चरने भाई आ जा आ जा नंगिया चरना भाई कित्थे आ पता नहीं मैनू तेरा भाई कित्थे आ गुस्से लगदी है दिमाग खा लंदा सारा दिन चरना बाई तेरा की कहना की है तेनु भी कहना की है सारा दिन अपने भरा दी रामलीला छेड़ी रखदा बस ओतो तो उसे दी कथा लौट नहीं आउंदी हैगी मेरे तो दिमाग खराब हो जांदा कित्थो फोन कर दी भले चल आप दो चल बना लेके भी ले चली कर भेज देने तेन मिठिया गल्लां तो अलावा कोई काम है ਕੋਈ ਅਜੇ ਤੱਕ ਤੂੰ ਚੱਜ ਦਾ ਕੰਮ ਕੀਤਾ ਫਸਾ ਕੇ ਰੱਖਦਾ ਮੈਨੂੰ ਇੱਥੇ ਓ ਜੀ ਮੇਰੇ ਤੂੰ 2-4 ਦਿਨਾਂ ਦੀ ਗੱਲ ਕਰੀ ਸੀ ਚੰਨੀ ਕਿੰਨਾ ਟਾਈਮ ਹੋ ਗਿਆ ਓ ਯਾਰ ਹੁਣ ਫਾਈਲ ਲੱਗਣ ਦਾ ਟਾਈਮ ਲੱਗਦਾ ਹੁੰਦਾ ਵੀਜ਼ਾ ਲੱਗੂਗਾ ਫੇਰ ਹੀ ਆ ਉਹ ਗੱਲਾਂ ਯਾਦ ਨੇ ਤੇਰੇ ਜਿਹੜੇ ਤੂੰ ਕਹਿੰਦੇ ਤੈਨੂੰ ਉਹਦੇ ਘਰੇ ਵੀ ਨਹੀਂ ਜਾਣ ਦਿੰਦਾ ਆ ਬੈਠੀ ਇੱਥੇ ਕਦੇ ਝਾੜੂ ਮਾਰ ਲੱਗਦੇ ਭਾਂਡੇ ਮਾਂਜਦੇ ਓ ਯਾਰ ਹੁਣ ਕੰਮ ਨਿਬੜ ਗਿਆ ਤੈਨੂੰ ਕਹਿੰਦੇ ਪੈਸੇ ਭਰਤੇ ਆਪਾਂ ਦਾ ਕੰਮ ਹੋ ਗਿਆ ਉਹ ਤੈਨੂੰ ਦੇਖ ਨਾ ਜੀ ਵਾਲੇ ਬੈਠੇ ਬੜੇ ਗੱਲਾਂ ਕਰਨ ਨੂੰ ਜੀ ਜਿਆ ਚੱਲ ਚੰਗਾ ਜਾ ਹੁਣ ਕੋਈ ਪਤਾ ਨਹੀਂ ਉਹਦਾ ਕਦੋਂ ਆ ਜੀ ਇਹ ਜਾਈਓ ਚੱਲ ਠੀਕ ਆ ਤੂੰ ਮੈਨੂੰ ਫੋਨ ਕਰਦੀ ਹੁਣ ਕਰ ਦੂੰਗੀ मेनू ना फोन आया सी दफ्तर चो जिथे आप फाइल लवाई हुई बस थोड़े दिन काम रह गया भी फाइल तैयार की पई है थोड़े दिन वीजा आ जाऊगा भी जी फीस रही भर दो बस फिर भर दे चक्कर वाली गल पैसे पे आ गाड़ी च पे आ चाबी तेरे को जिन्हें लोड़ा कड के ले जी एवं नहीं
ਆਪਾਂ ਦੋਨੇ ਜਣੇ ਜਾ ਕੇ ਭਰ ਕੇ ਆਵਾਂਗੇ ਫੀਸ ਤਾਂ ਮੈਂ ਇਕੱਲੀ ਨਹੀਂ ਜਾਂਦੀ ਹੈਗੀ ਨਾਲੇ ਮੈਨੂੰ ਕੀ ਪਤਾ ਇੱਥੋਂ ਦਾ ਹਿਸਾਬ ਕਿਤਾਬ ਕੋਈ ਨਹੀਂ ਹੈਗਾ ਇਕੱਲੀ ਨੇ ਨਹੀਂ ਜਾਣਾ ਆਪਾਂ ਦੋ ਹੀ ਚੱਲਦੇ ਹਾਂ ਉਹ ਚੱਲ ਕੋਈ ਗੱਲ ਨਹੀਂ ਮੇਰੇ ਦਿਮਾਗ 'ਚ ਗੱਲ ਆਈ ਹੈ ਮੈਂ ਤੇਰੇ ਨਾਲ ਨਾ ਚੰਨੀ ਨੂੰ ਭੇਜ ਦੂੰਗਾ ਓਹੋ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਤੁਸੀਂ ਚੰਨੀ ਦਾ ਉੱਥੇ ਦੱਸੋ ਕੀ ਕੰਮ ਆ ਊਂ ਨਾਲ ਲੈ ਕੇ ਜਾਣਾ ਚੰਨੀ ਨੂੰ ਆਪਾਂ ਲੈ ਜਾਵਾਂਗੇ ਫਾਈਲ ਤਾਂ ਨਾਲ ਤੁਹਾਡੀ ਲਵਾਉਣੀ ਆ ਐਂ ਕਰਦੇ ਆਪਾਂ ਸਵੇਰੇ ਤਿੰਨੇ ਜਣੇ ਜਾ ਆਵਾਂਗੇ ਉਹ ਤਾਂ ਮੈਨੂੰ ਤਾਂ ਐਂ ਸੀਗਾ ਵੀ ਚੱਲ ਪੜਿਆ ਲਿਖਿਆ ਹੈਗਾ ਮੈਂ ਤਾਂ ਕਰਕੇ ਕਹਿੰਦਾ ਸੀ ਹੋਰ ਕੋਈ ਗੱਲ ਨਹੀਂ ਸਾਈਨ ਹੋਣੇ ਤੁਹਾਡੇ ਉੱਥੇ ਤੁਹਾਡੇ ਸਾਈਨ ਉਹ ਤਾਂ ਨਹੀਂ ਕਰ ਸਕਦਾ ਇਹ ਵੀ ਤਾਂ ਹੈਗਾ ਚੱਲ ਕੋਈ ਗੱਲ ਨਹੀਂ ਮੈਂ ਤਾਂ ਨਾਲ ਜਾ ਕਹਿੰਦੇ ਨਾਲ ਵਾਗ ਚੱਲੂਗਾ ਫਿਰ ਸਵੇਰੇ ਜਾ ਆਵਾਂਗੇ ਆਪਾਂ ਸਵੇਰੇ ਵਾਗ ਚੱਲਾਂਗੇ ਇਹ ਕਰ ਲਾਂਗੇ ਠੀਕ ਹੈ ਠੀਕ ਹੈ ਚੱਲ ਤੂੰ ਐਂ ਕਰ ਹੁਣ ਚਾਹ ਬਣਾ ਲੈ ਘੁੱਟ ਚੱਲ ਠੀਕ ਚੱਲ ਆ ਵੀ ਕੰਮ ਨੇ ਬੁਰੂ ਪਰੇ ਚੱਲ ਇਹ ਸੋਫਾ ਅਸੀਂ ਬਾਹਰ ਵਾਗ ਜੂ ਕਿ ਨਹੀਂ ਰੀਤ ਤੂੰ ਕੱਲੀ ਆ ਗਈ ਤੇ ਚਰਨਾ ਨਹੀਂ ਆਇਆ ਬੇਬੇ ਉਹਦਾ ਇੱਥੇ ਕੀ ਕੰਮ ਆ ਮੇਰਾ ਵੀਜ਼ਾ ਲੱਗ ਗਿਆ ਸਵੇਰੇ ਨਾ ਮੇਰੀ ਫਲਾਈਟ ਆ ਮੈਂ ਜਾਣਾ ਸਵੇਰੇ 5 ਵਜੇ ਅੱਛਾ ਚਲੋ ਤਾਂ ਵਧੀਆ ਹੋ ਗਿਆ ਉਹ ਤੂੰ ਸਵੇਤਾ ਤਾਂ ਉਹਨੇ ਲਵਾਇਆ ਉਹਨੇ ਲਾਇਆ ਪੈਸੇ ਤੇਰੇ ਤੇ ਫੇਰ ਹੀ ਜਾਣ ਨੂੰ ਹੋਈ ਹੈ ਤੇਰੀ ਤਿਆਰੀ ਐਵੇਂ ਤਾਂ ਨਹੀਂ ਹੋ ਗਈ ਬੇਬੇ ਇਹ ਮੇਰੀ ਤੇ ਚੰਨੀ ਦੀ ਨਾ ਚਾਲ ਸੀਗੀ ਮੈਂ ਤਾਂ ਬਸ ਇੱਕ ਵਿਆਹ ਕਰਾਉਣ ਦਾ ਨਾਟਕ ਹੀ ਕੀਤਾ ਸੀ ਹਾਏ ਨੀ ਤੇਰਾ ਭਲਾ ਹੋ ਜੇ ਜਿਵੇਂ ਉਹਦੇ ਭਾਈ ਨੇ ਕਰੀਏ ਚਰਨੇ ਦਿਨ ਉਵੇਂ ਤੂੰ ਕਰਤੀ ਬੇਬੇ ਬਾਲੀ ਨੇ ਤੈਨੂੰ ਸਮਾਜ ਸੇਵਕ ਬਣਨ ਦੀ ਲੋੜ ਨਹੀਂ ਹੈਗੀ ਤੈਨੂੰ ਕੀ ਪਤਾ ਦੁਨੀਆ ਚੰਦ ਤੇ ਜਿਹੜੀ ਫਿਰਦੀ ਹੈ ਤੂੰ ਤਾਂ ਬਸ ਇੱਥੇ ਹੀ ਬੈਠੀ ਹੈ ਉਹਦੇ ਦਰਸ਼ੀਸ਼ਾ ਲੈ ਲੈਣਗੇ ਤੈਨੂੰ ਕੋਈ ਨਾ ਦੇਖੀ ਜਾਊਗੀ ਜਦੋਂ ਲੈਣਗੇ ਐਡਾ ਭੋਲਾ ਭਾਲਾ ਬੰਦਾ ਹੈ ਉਹ ਜਿਹਾ ਤਾਂ ਪਿੰਡ 'ਚ ਨਹੀਂ ਕੋਈ ਅੱਛਾ ਉਹਦੇ ਪਿੰਡ 'ਚ ਨਹੀਂ ਤੂੰ ਤਾਂ ਇਕੱਲੇ ਦੇ ਪੈਸੇ ਤੇ ਮਰ ਗਈ ਸਾਡਾ ਕੋਈ ਮੇਲ ਹੈਗਾ ਤੂੰ ਦੇਖਿਆ ਕੀ ਆ ਪੈਸੇ ਤੇ ਮਰ ਗਈ ਚੱਲ ਤੇਰੀ ਗੱਲ ਮੰਨ ਲਈ ਤੇ ਤੇਰੀ ਫਿਰ ਉਧਰ ਤਿਆਰੀ ਉਹਨੇ ਕਰਾਈ ਉਹਨੇ ਲਾਇਆ 25-30 ਲੱਖ ਰੁਪਇਆ ਲੱਗ ਗਿਆ ਉਹਦਾ ਉਹਨੇ ਲਾਇਆ ਤੇ ਜਿਹੜੇ ਅਗਲੇ ਚੰਨੀ ਨੇ ਲਵਾਇਆ ਉਹ ਤਾਂ ਕਹਿ ਕੇ ਡੇਲੀ ਗੇੜੇ ਮਾਰਦਾ ਸੀ ਅਗਲੇ ਨੇ ਫਾਈਲ ਤਿਆਰ ਕਰਵਾਈ ਫੀਸ ਭਰੀ ਸਾਰਾ ਕੁਝ ਚੰਨੀ ਨੇ ਕੀਤਾ ਸੀ ਤੇ ਇੱਕ ਦਿਨ ਗਏ ਆ ਬਸ ਉਹਦੇ ਨਾਲ ਤੇ ਫਿਰ ਚੰਨੀ ਨੂੰ ਕੀ ਲੋੜ ਸੀ ਚੱਲ ਇਸ ਗੱਲ ਦਾ ਹੀ ਜਵਾਬ ਦੇ ਦੇ ਉਹਨੂੰ ਕੀ ਲੋੜ ਸੀ ਭਾਈ ਬੇਬੇ ਮੈਂ ਤੇ ਚੰਨੀ ਨੇ ਇੱਕ ਦੂਜੇ ਨੂੰ ਪਿਆਰ ਕਰਦੇ ਆ ਠੀਕ ਆ ਅਸੀਂ ਉਧਰ ਜਾ ਕੇ ਵਿਆਹ ਕਰਾਵਾਂਗੇ ਮੈਂ ਨਹੀਂ ਜਾਣਦੀ ਕਿਸੇ ਚਰਨੇ ਨੂੰ ਮੈਨੂੰ ਨਹੀਂ ਪਤਾ ਚਰਨਾ ਕੌਣ ਆ ਉਂਕੜਾ ਉਹਦਾ ਪੈਸਾ ਕੋਈ ਕੰਮ ਆਉਣਾ ਸੀ ਉਹਦੇ ਕਿਹੜੇ ਇੱਥੇ ਜਵਾਬ ਕਰਾਉਂਦੇ ਫਿਰਦੇ ਨੇ ਤੂੰ ਤਾਂ ਉਹੀ ਪਾਗਲ ਵਾਲੀ ਗੱਲਾਂ ਲੈ ਕੇ ਬਹਿ ਗਈ ਮੈਂ ਮਰ ਜਾ ਨਹੀਂ ਫਿਰ ਚੰਨੀ ਤੋਂ ਹੀ ਲਵਾਉਂਦੀ ਜੇ ਉਹਦੇ ਨਾਲ ਤੇਰਾ ਕੋਈ ਗੱਲਬਾਤ ਸੀਗੀ ਤਾਂ ਫਿਰ ਪੈਸੇ ਉਹਦੇ ਲਵਾਉਂਦੀ ਉਹਨੂੰ ਕਾਹਤੋਂ ਡੰਡ ਲਾਤਾ ਵਿਚਾਰੇ ਨੂੰ ਜੇ ਚੰਨੀ ਕੋਲ ਪੈਸੇ ਹੁੰਦੇ ਨਾ ਮੈਨੂੰ ਐਡਾ ਡਰਾਮਾ ਖੇਡਣ ਦੀ ਲੋੜ ਨਹੀਂ ਸੀਗੀ ਚੰਨੀ ਕੋਲ ਹੈ ਨਹੀਂ ਸੀ ਪੈਸੇ ਨਾ ਉਹਨੂੰ ਉਹ ਜੇ ਆ ਗਿਆ ਮੈਂ ਉਹਨੂੰ ਜਵਾਬ ਕੀ ਦੇਵਾਂਗੀ ਚਰਨੇ ਨੂੰ ਬੇਬੇ ਤਾਂ ਕੁਛ ਨਹੀਂ ਕਹਿਣਾ ਕਹਿੰਦੇ ਮੈਨੂੰ ਨਹੀਂ ਪਤਾ ਕਿੱਥੇ ਗਈ ਜੇ ਬਸ ਚੁੱਪ ਰਹਿ ਤੂੰ ਕੰਧਾਂ ਦੇ ਵੀ ਕੰਨ ਹੁੰਦੇ ਨੇ ਹੌਲੀ ਬੋਲ ਲੈ ਇੱਥੇ ਗਵਾਂਢੀ ਨਾ ਕੰਧਾਂ ਨਾ ਕੰਨ ਲਈ ਖੜੇ ਹੋਣੇ ਨਹੀਂ ਇਹ ਚੰਗਾ ਨਹੀਂ ਕੀਤਾ ਕੋਈ ਨਾ ਬੇਬੇ ਉਹ ਫੋਨ ਜੇ ਕਿਨ ਲਈ ਨਹੀਂ ਆਉਣਾ ਬੇਬੇ ਚੰਨੀ ਨੂੰ ਲਾਉਣੀ ਤੇ ਚੁੱਪ ਕਰ ਜਾ ਹੈਲੋ ਹੈਲੋ ਕਿਵੇਂ ਆ ਠੀਕ ਆ ਅੱਛਾ ਮੈਂ ਪੁੱਛਦੀ ਸੀ ਸਵੇਰੇ ਕਿੰਨੇ ਵਜੇ ਜਾਣਾ ਆਪਾਂ ਆਪਾਂ ਤੂੰ ਕਿੱਥੇ ਜਾਣਾ ਮੈਂ ਕਿੱਥੇ ਜਾਣਾ ਵੇ ਤੂੰ ਕੀ ਖਾ ਲਿਆ ਸਵੇਰੇ ਫਲਾਈਟ ਆਪਣੀ ਪਾਗਲਾ ਉਹ ਮੇਰੀ ਆ ਤੇਰੀ ਨਹੀਂ ਕੀ ਮਤਲਬ ਤੇਰਾ ਮਤਲਬ ਇਹ ਹੈ ਤੂੰ ਮੇਰਾ ਸ਼ਿਕਾਰ ਸੀ ਤੇ ਮੈਂ ਤੈਨੂੰ ਖਾ ਲਿਆ ਵੇ ਆ ਕੀ ਭੁੰਕੀ ਜਾਣਾ ਉਹ ਗੱਲ ਐ ਆ ਉਹ ਮੈਨੂੰ ਚਾਹੀਦੇ ਪੈਸੇ ਤੇ ਜਗਾੜ ਕੋਈ ਹੋ ਨਹੀਂ ਰਿਹਾ ਸੀ ਇਸ ਕਰਕੇ ਤੈਨੂੰ ਸਾਰਾ ਤੋਂ ਪਹਿਲਾਂ ਤੈਨੂੰ ਫਸਾਇਆ ਮੈਂ ਪਿਆਰ ਤੇ ਜਾਲ ਵਿੱਚ ਫਿਰ ਮੈਂ ਝਰਨੇ ਨੂੰ ਮਨਾਇਆ ਫਿਰ ਮੈਂ ਪੈਸਾ ਆਪਦੇ ਮੁੱਠੀ 'ਚ ਕਰਕੇ ਆਪਦਾ ਵੀਜ਼ਾ ਲਵਾਇਆ ਅਤੇ ਮੈਂ ਜਹਾਜ਼ ਚੜ੍ਹ ਰਿਹਾ ਇਹਦਾ ਮਤਲਬ ਕੀ ਤੂੰ ਇੱਥੇ ਰਹਿ ਧੱਕੇ ਖਾ ਆਪਾਂ ਚੱਲੇ ਯਾਰ ਬਾਹਰ ਤੈਨੂੰ ਤਾਂ ਨਾ ਰੱਬ ਨੇ ਵੀ ਟੋਈ ਨਹੀਂ ਦੇਣੀ ਹੈਗੀ ਕੁੱਤਿਆ ਰੱਬ ਹੁੰਦਾ ਨਾ ਫਿਰ ਉਹ ਗਰੀਬ ਬੰਦੇ ਨਾਲ ਧੱਕਾ ਨਹੀਂ ਹੁੰਦਾ ਬੇਬੇ ਕੀ ਹੋ ਗਿਆ ਕੀ ਹੋ ਗਿਆ ਦੱਸ ਤਾਂ ਸਹੀ ਚੰਨੀ ਆਪਣੇ ਨਾਲ ਬਾਲਾ ਵੱਡਾ ਧੋਖਾ ਕਰ ਗਿਆ ਦੇਖ ਲਾ ਫਿਰ ਐਸ ਹੱਥ ਭਰ ਲਾ ਤੇ ਐਸ ਹੱਥ ਕਰ ਲਾ ਇਹ ਗੱਲਾਂ ਸੱਚੀਆਂ ਨੇ ਐਵੇਂ ਨੀ ਕਿਹਾ ਸਿਆਣੇ ਨੇ ਬੇਬੇ ਹੁਣ ਮੈਂ ਕੀ ਕਰਾਂ ਮੈਂ ਤਾਂ ਘਰ ਵੀ ਛੱਡ ਕੇ ਆ ਗਈ ਉਹਦੇ ਪਿੱਛੇ ਦੇਖ ਲਾ ਫਿਰ ਬਣਾ ਦੀ ਇੱਜ਼ਤ ਨਾਲੇ ਮੇਰੀ ਨਾਲੇ ਆਪਦੀ ਬਣਾ ਲਈ ਤੇ ਨਾਲੇ ਉਹਨੇ ਦੇਖ ਲਾ ਕੀ ਕਰਤੀ ਲਾ ਤੇ ਰੰਗ ਉਹਨੇ ਤਾਂ ਉਹ ਤਾਂ ਇਕੱਲਾ ਜਾ ਰਿਹਾ ਏਅਰਪੋਰਟ ਤੇ ਆ ਹਾਏ ਬੇਬੇ ਹੁਣ ਮੈਂ ਕੀ ਕਰਾਂ ਟੱਕਰ ਮਾਰ ਲਾ ਹੁਣ ਕੰਧ 'ਚ ਬੇਬੇ ਸੱਚੀ ਕੰਧ 'ਚ ਟੱਕਰ ਮਾਰਾਂ ਬਸ ਜਿਹੜਾ ਕੁਛ ਹੋ ਗਿਆ ਠੀਕ ਹੈ ਹੁਣ ਆਪਦਾ ਘਰ ਵਸਾ ਲਾ ਨਾਲੇ ਤਾਂ ਉਹਨੂੰ ਭੋਲੇ ਭਾਲੇ ਬੰਦੇ ਨੂੰ ਧੋਖਾ ਦਿੰਦੀ ਨਾਲੇ ਉਹਨੂੰ ਨਵਾਂ ਨੰਗ ਕਰਤਾ ਚੁੱਪ ਕਰਕੇ ਆਪਦਾ ਘਰ ਵਸਾ ਲਾ ਤੇ ਨਹੀਂ ਮੈਨੂੰ ਮੂੰਹ ਨਾ ਦਿਖਾਈ ਕਦੇ ਤੇ ਨਾ ਮੈਂ ਦੇਖਾਂ ਜਾ ਕੇ ਤੇਰਾ ਮੂੰਹ ਬੇਬੇ ਮੈਨੂੰ ਮਾਫ਼ ਕਰ ਦੂਗਾ
ਕਰੂਗਾ ਹੀ ਜੇ ਜਾ ਕੇ ਗਲਤੀ ਮੰਨ ਲਈ ਪੈਰੀ ਪੈ ਜੀ ਪਰ ਮੈਂ ਨਹੀਂ ਜਾਂਦੀ ਹੈਗੀ ਮੈਂ ਕਿਹੜਾ ਮੂੰਹ ਲੈ ਕੇ ਜਾਊਂ ਅਗਲਾ ਤੂੰ ਮੈਨੂੰ ਕਹਿੰਦੀ ਆਹ ਤੇਰੀ ਧੀ ਨੇ ਕੀ ਕੀਤਾ ਮੇਰੇ ਨਾਲ ਮੇਰੇ ਕੋਲ ਕੋਈ ਜਵਾਬ ਨਹੀਂ ਹੈਗਾ ਆਪੇ ਹੁਣ ਮਾਫੀਆਂ ਮੰਗ ਪੈ ਨਹੀਂ ਪੈ ਜਿਵੇਂ ਮਰਜ਼ੀ ਕਰ ਗਿੜਗਿੜਿਆ ਬੇਬੇ ਨਾਲ ਤਾਂ ਤੈਨੂੰ ਜਾਣਾ ਪਊਗਾ ਮੈਂ ਇਕੱਲੀ ਨਹੀਂ ਜਾਂਦੀ ਨਹੀਂ ਤੂੰ ਇੱਥੇ ਬੁਲਾਲਾ ਚਰਨੇ ਨੂੰ ਹਾਂ ਮੇਰਾ ਮੂੰਹ ਨੀਵਾ ਕਰਾ ਦੇ ਬੇਬੇ ਬਣ ਕੇ ਮੈਨੂੰ ਮਾਫ ਕਰ ਦੇ ਤੇ ਮੈਨੂੰ ਉਹ ਤੋਂ ਵੀ ਮਾਫੀ ਦਵਾ ਦੇ ਤੂੰ ਇੱਥੇ ਬੁਲਾਲਾ ਫੋਨ ਕਰਕੇ ਚੱਲ ਚੰਗਾ ਜਿਵੇਂ ਕਹਿੰਦੀ ਕਰ ਲੈਣੀ ਹੈ ਪਰ ਅੱਗੇ ਤੋਂ ਮੈਨੂੰ ਇਹੋ ਜਿਹੀ ਗੱਲ ਸੁਣਨ ਨੂੰ ਮਿਲੇ ਨਾ ਜਿਹੋ ਜਿਹੀ ਤੂੰ ਕਰਿਆ ਈ ਨਾ ਮੇਰੀ ਗੱਲ ਸੁਣ ਮੈਂ ਉਹਨੂੰ ਫੋਨ ਕਰਦੀ ਸੋਹਣੀ ਲੱਗਦੀ ਆ ਉੱਧਰ ਹੀ ਚੱਲ ਉੱਥੇ ਤੇ ਜਿਵੇਂ ਤੂੰ ਕਰਨਾ ਕਰ ਲਈ ਮੈਂ ਵੀ ਮੂੰਹ ਨੀਵਾ ਕਰਕੇ ਬੈਠੀ ਰਹੂੰ ਕਿਉਂਕਿ ਜਦੋਂ ਮੇਰੀ ਧੀ ਚ ਹੀ ਗਲਤੀਆਂ ਨੇ ਚੱਲ ਉੱਧਰ ਹੀ ਚੱਲ ਆ ਜਾ ਬੇਬੇ ਕੀ ਪਤਾ ਇਹ ਤਕਦੀਰ ਧੋਖਾ ਦੇ ਦੂ ਚੱਲਨੇ ਆ ਹੋਰ ਕਿਵੇਂ ਪੁੱਤ ਠੀਕ ਆ ਬੇਬੇ ਮੈਂ ਤਾਂ ਠੀਕ ਆ ਮੇਰੇ ਦੇਖ ਤੁਸੀਂ ਮੇਰੇ ਨਾਲ ਚੰਗਾ ਨਹੀਂ ਕਰਿਆ ਹੁਣ ਤੁਸੀਂ ਇੱਥੇ ਕੀ ਲੈਣ ਆਏ ਹੋ ਸਾਰਾ ਕੁਝ ਛੋਟਾ ਹੋ ਗਿਆ ਹੁਣ ਤੁਸੀਂ ਕੀ ਲੈਣ ਆਏ ਹੁਣ ਤਾਂ ਇਹਨੇ ਬਾਹਰ ਭੱਗ ਜਾਣਾ ਸੀਗਾ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਾਲੀ ਵੱਡੀ ਗਲਤੀ ਹੋ ਗਈ ਸੋਥੋਂ ਵਾਲੀ ਗਲਤੀ ਹੋਈ ਆ ਗਲਤੀ ਤਾਂ ਮੈਥੋਂ ਹੋਈ ਆ ਜਿਹੜਾ ਮਾਸੂ ਨੂੰ ਆਦਾ ਬਣਾ ਕੇ ਬਹਿ ਗਿਆ ਸੀ ਤਾਂ ਮੈਨੂੰ ਤਾਂ ਹੋ ਗਿਆ ਸੀਗਾ ਮੇਰਾ ਘਰ ਵੱਸਦਿਆਂ 'ਚ ਰਹਿ ਜੂਗਾ ਪਰ ਜੇ ਆਹ ਗੱਲ ਸੀ ਮੈਨੂੰ ਤੁਸੀਂ ਸਿੱਧੀ ਉਹੀ ਗੱਲ ਕਹਿੰਦੇ ਕਿ ਸਾਨੂੰ ਤਾਂ ਭਾਈ ਪੈਸਿਆਂ ਦੀ ਲੋੜ ਆ ਅਸੀਂ ਤਾਂ ਬਾਹਰ ਜਾਣਾ ਗਾ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਜੀ ਬਸ ਨਾ ਚੰਨੀ ਦੀਆਂ ਗੱਲਾਂ 'ਚ ਆ ਗਈ ਚੰਨੀ ਦੀਆਂ 'ਚ ਕਿਉਂ ਚੰਨੀ ਨੇ ਕਿਵੇਂ ਮੈਨੂੰ ਚੰਨੀ ਨੇ ਕਿਹਾ ਸੀਗਾ ਵੀ ਬਸ ਇੱਕ ਝੂਠਾ ਜਿਹਾ ਵਿਆਹ ਕਰਵਾ ਲਾ ਤੇ ਉਹ ਤੋਂ ਬਾਅਦ ਆਪਾਂ ਬਾਹਰ ਚੱਲ ਜਾਾਂਗੇ ਹੁਣ ਉਹ ਇਕੱਲੇ ਹੀ ਅੱਜ ਬਾਹਰ ਜਾ ਰਹੇ ਆ ਮੈਨੂੰ ਤਾਂ ਪਤਾ ਨਹੀਂ ਜੀ ਵੀ ਇਹਨਾਂ ਦੀ ਆਹ ਸਕੀਮ ਹੈ ਮੈਨੂੰ ਨਹੀਂ ਪਤਾ ਸੀ ਨਹੀਂ ਮੈਂ ਤੇਰੇ ਨਾਲ ਇਹ ਜਾ ਕੁਝ ਹੋਣ ਨਹੀਂ ਜੇ ਇਹਨਾਂ ਧੋਖਾ ਐਡਾ ਵੱਡਾ ਨਾ ਹੁਣ ਫਿਰ ਬਾਹਰ ਆਏ ਇਹਨੂੰ ਲੈ ਕੇ ਨਹੀਂ ਗਿਆ ਹੁਣ ਨਾ ਆ ਛੱਡ ਕੇ ਇਹਦੇ ਨਾਲ ਵੀ ਹੋਈ ਹੈ ਤਾਂ ਹੀ ਆਈ ਹੈ ਉਰੇ ਮਤਲਬ ਇਹਨੂੰ ਦਿੰਨੀ ਆ ਗਾਲਾਂ ਦੁਸ਼ਟੀ ਨੂੰ ਇਹਨੇ ਆਈ ਕੀਤੀ ਹੈ ਬੇਬੇ ਇੱਕ ਵਾਰੀ ਕਹਿ ਕੇ ਨਾ ਤੂੰ ਇਹਨਾਂ ਤੋਂ ਮੈਨੂੰ ਮਾਫ ਕਰਵਾ ਦੇ ਮੈਂ ਅੱਗੇ ਤੋਂ ਕਦੇ ਵੀ ਇਹੋ ਜਿਹੀ ਗਲਤੀ ਨਹੀਂ ਕਰਦੀ ਜੀ ਨਾ ਤੇਰਾ ਸਿਰ ਨੀਵਾ ਹੋਵੇ ਮੈਂ ਤੇਰੀ ਕੀ ਸਦੀ ਦੇ ਸਕਦੀ ਆ ਮੈਨੂੰ ਨਹੀਂ ਤਵਾਰੀ ਰਹੀ ਤੇਰੀ ਬਾਕੀ ਇਹਦੇ ਸਾਰੇ ਹੁਣ ਭਾਈ ਇਹਨੂੰ ਮਾਫ ਕਰ ਨਾ ਕਰ ਮੈਂ ਤਾਂ ਆ ਗਈ ਆ ਇਹਦੇ ਨਾਲ ਮੈਨੂੰ ਮਾਫ ਕਰ ਦੋ ਪਲੀਜ਼ ਮੈਂ ਸੱਚੀ ਕਦੇ ਵੀ ਘਰੋਂ ਬਾਹਰ ਪੈਰ ਵੀ ਨਹੀਂ ਰੱਖਦੀ ਹੈਗੀ ਹੁਣ ਮੈਂ ਇਹਦੇ ਕੀ ਕਰਾਂ ਤੇ ਕੀ ਕਹਿ ਸਕਦਾ ਮੈਨੂੰ ਤਾਂ ਮੇਰੇ ਤੇ ਹੀ ਨਹੀਂ ਵਿਸ਼ਵਾਸ ਰਿਹਾ ਦੂਜੇ ਤੇ ਕੀ ਰਹਿ ਜੂਗਾ ਸਹੀ ਗੱਲ ਚੱਲ ਪੁੱਤ ਇੱਕ ਵਾਰੀ ਦੇਖ ਲੈ ਇੱਕ ਮੌਕਾ ਦੇ ਦੇ ਇਹਨੂੰ ਕੀ ਦੇਖਣਾ ਬੇਬੇ ਜਿਨ੍ਹਾਂ ਨੂੰ ਆਦੇ ਬਣਾਇਆ ਸੀ ਨਾ ਸਾਰੀ ਧੋਖਾ ਦੇ ਗਈ ਜਦੋਂ ਆਪਦਾ ਭੈਣ ਭਾਈ ਆਪਦਾ ਨਹੀਂ ਬਣਿਆ ਇਹਨੇ ਕੀ ਬਣਨਾ ਸੀ ਸਹੀ ਗੱਲ ਇਹਨੇ ਦੇਖ ਕੇ ਇਹਨੂੰ ਕਿਹਾ ਸੀਗਾ ਜਿਹੜੇ ਕੰਮ ਇਹਨੇ ਆ ਕੇ ਕਹੇ ਉਹ ਕਰੀ ਗਿਆ ਆਹ ਪਤਾ ਨਹੀਂ ਦੂਜਾ ਕੀ ਕਹਿੰਦੀ ਸੀ ਬੇਸਮੈਂਟ ਉਹ ਵੀ ਦੇਖ ਮਿਸਤਰੀ ਲਾਇਆ ਪਿਆ ਉਹ ਵੀ ਲੱਗਿਆ ਪਿਆ ਮਿਸਤਰੀ ਦੇਖੀ ਜਾਂਦੇ ਹਾਂ ਮੈਨੂੰ ਤਾਂ ਕੱਲ੍ਹ ਪਤਾ ਲੱਗ ਗਿਆ ਸਾਰਾ ਬਾਕੀ ਦੇ ਬੰਦੇ ਰਹੇ ਵੀ ਤੇਰੇ ਨਾਲ ਆਏ ਹੋ ਗਏ ਮੈਨੂੰ ਤਾਂ ਇਹ ਮੈਂ ਚੱਲ ਭੈਣ ਡੂੰ ਗਈ ਆ ਮਿਲ ਕੇ ਆ ਜੂਗੀ ਇਹਦਾ ਬਾਅਦ ਮੈਨੂੰ ਸਾਰੀ ਗੱਲ ਕੋਈ ਬੰਦਾ ਦੱਸ ਕੇ ਗਏਗਾ ਮੈਂ ਤੈਨੂੰ ਪਤਾ ਨਹੀਂ ਮੈਂ ਨਾ ਕਹਾਂ ਤੇਰੇ ਨਾਲ ਤਾਂ ਪੂਰੀ ਬਣਾ ਕੇ ਕਦੀ ਕਹਿੰਦਾ ਆਏ ਹੋ ਗਈ ਇਹਨਾਂ ਸਕੀਮ ਪਹਿਲਾਂ ਹੀ ਘੜੀ ਹੋਈ ਸੀ ਮੈਨੂੰ ਤਾਂ ਪਤਾ ਨਹੀਂ ਸੀ ਬੁੱਤਾ ਵੀ ਆਹ ਕੰਮ ਹੋਈ ਜਾਂਦਾ ਵਿੱਚੇ ਵਿੱਚ ਇਹ ਦੁਸ਼ਟੀ ਨੇ ਇਹੋ ਜਿਹਾ ਕੁਝ ਕਰਤਾ ਮੈਨੂੰ ਫਿੱਟ ਲਾਉਣ ਤਾਂ ਦਵਾਤੀ ਇਹਨੇ ਇਹ ਤਾਂ ਫਿਰ ਉਹ ਇਹਨੇ ਮੇਰੇ ਨਾਲ ਧੋਖਾ ਕਰਿਆ ਸੀਗਾ ਉਹ ਇਹਦੇ ਨਾਲ ਕਰ ਗਿਆ ਹਾਂ ਐਸਾ ਤਾਂ ਕਹਿੰਦੇ ਤਾਂ ਹੁੰਦੇ ਆ ਇੱਧਰ ਐਸਾ ਤਾਂ ਕਰ ਲਾ ਇੱਧਰ ਭਰ ਲਾ ਇਹ ਐਵੇਂ ਨਹੀਂ ਕਹੀਆਂ ਸਿਆਣੇ ਨੇ ਗੱਲਾਂ ਕੋਈ ਬੇਬੇ ਮੈਨੂੰ ਮਾਫ ਕਰ ਦੇ ਤੂੰ ਵੀ ਮੈਂ ਸੱਚੀ ਕਦੇ ਨਹੀਂ ਕੋਈ ਗਲਤੀ ਕਰਦੀ ਮੈਂ ਮਾਫ ਕਰਨ ਵਾਲੀ ਕੌਣ ਆ ਇਧਰੋਂ ਮਾਫੀ ਮੰਗ ਉਹ ਮੈਂ ਕੌਣ ਆ ਮਾਫ ਕਰਨ ਵਾਲਾ ਮੇਰਾ ਭੋਲਾ ਭਾਲਾ ਸੀ ਗੱਲਾਂ ਜਾ ਗਿਆ ਬਸ ਇਸਰੇ ਦਾ ਇਹੀ ਗੱਲ ਬਾਹਰ ਜਾਣ ਵਾਲੀ ਮੈਂ ਤਾਂ ਤੈਨੂੰ ਹੁਣ ਵੀ ਕਹਿਣਾਗਾ ਭਾਈ ਚੱਲ ਦੇਖ ਇਹਨੇ ਚਾਹੇ ਮੈਨੂੰ ਕੁਛ ਵੀ ਮੰਨ ਰਿਹਾ ਸੀਗਾ ਮੈਂ ਤੈਨੂੰ ਫਿਰ ਵੀ ਆਪਦੇ ਘਰ ਵਾਲੀ ਮੰਨਿਆ ਸੀਗਾ ਮੈਂ ਤਾਂ ਹੁਣ ਵੀ ਇਹ ਗੱਲ ਕਹਿਣਾ ਜਿਹਨੇ ਬਾਹਰ ਜਾਣਾ ਮੈਂ ਤਾਂ ਬਾਹਰ ਭੇਜ ਦੂੰਗਾ ਪਰ ਮੇਰੇ ਨਾਲ ਧੋਖਾ ਕੋਈ ਨਹੀਂ ਬੇਬੇ ਮੈਨੂੰ ਤਾਂ ਲੋੜ ਨਹੀਂ ਬਾਹਰ ਜਾਣ ਦੀ ਬਸ ਮੈਂ ਆਪਦਾ ਇੱਥੇ ਘਰ ਵਸਾ ਲਾਂ ਜਾਂ ਨਾ ਐਂ ਕਰ ਲੈ ਇੱਥੇ ਵਸਾ ਲੈ ਘਰ ਘਰ ਬੰਨ ਲੈ ਆਪਦਾ ਜੋੜ ਲੈ ਤੇ ਜਾਂ ਫਿਰ ਨਾਲ ਲੈ ਕੇ ਜਾਈਂ ਫੇਰ ਜਾਈਂ ਬਾਹਰ ਨਹੀਂ ਜਾਣਾ ਹੀ ਬੇਬੇ ਜਿਵੇਂ ਵੀ ਤੂੰ ਕਹੇਂਗੀ ਮੈਂ ਉਵੇਂ ਕਰੂੰਗੀ ਬਸ ਮੈਨੂੰ ਮਾਫ ਕਰ ਦਿਓ ਤੁਹਾਡੇ ਘਰ ਮੈਂ ਨਹੀਂ ਰੋੜਾ ਬਣਦੀ ਆਸ ਵਿੱਚ ਰਹਿ ਕਰੋ ਫੇਰ ਕਰੋ ਜਿਹੜਾ ਕੰਮ ਕਰੋ ਜਾਣਾ ਨਹੀਂ ਜਾਣਾ ਉਹ ਤਾਂ ਐਂ ਸੀ ਗੱਲ ਜਿਹਨੇ ਬਾਹਰ ਹੀ ਜਾਣਾ ਸੀਗਾ ਮੈਂ ਤੁਹਾਡੀ ਗੱਲ ਮੰਨੀ ਕਿ ਨਾ ਮੰਨੀ ਤੁਸੀਂ ਮੈਨੂੰ ਇਹ ਗੱਲ ਕਹੀ ਇਹਨੇ ਬਾਹਰ ਜਾਣਾ ਮੈਂ ਭਾਈ ਭੇਜ ਮੈਂ ਪੈਸੇ ਲਾਏ ਕਿ ਨਾਲ ਮੈਨੂੰ ਕੀ ਪਤਾ ਵੀ ਕਿਹਦੇ ਕਾਗਜ਼ ਭਰੇ ਜਾਂਦੇ ਆ ਕਿਹਦੇ ਬਣਾਏ ਜਾਂਦੇ ਆ ਵੀ ਕਾਗਜ਼ ਉਹਦੇ ਬਣਾਏ ਜਾਂਦੇ ਆ ਪੈਸੇ ਆਪ ਲਾਏ ਜਾਂਦੇ ਨੇ ਐਂ ਤਾਂ ਦੇਖਿਆ ਸੀਗਾ ਵੀ ਮੇਰਾ ਧੋਖਾ ਹੋਊ ਮੈਨੂੰ ਤਾਂ ਉਹ ਗੱਲ ਦਾ ਪਤਾ ਨਹੀਂ ਸੀਗਾ ਇਹਨੂੰ ਤਾਂ ਗੱਲ ਦਾ ਪਤਾ ਸੀਗਾ ਮੈਨੂੰ ਤਾਂ ਆਪ ਨਹੀਂ ਪਤਾ ਸੀ ਵੀ ਫਾਈਲ ਮੇਰੀ ਬਣੀ ਜਾਂਦੀ ਆ ਕਿ ਉਹ ਆਪਦੀ ਬਣਾਈ ਜਾਂਦਾ ਮੈਨੂੰ ਤਾਂ ਆਪ ਨਹੀਂ ਪਤਾ ਸੀ ਵੀ ਇਹਨਾਂ ਦੀ ਆਹ ਮਤੀ ਹੋਏ ਮੈਨੂੰ ਕੀ ਪਤਾ ਸੀ ਅੱਛਾ ਕੋਈ ਨਹੀਂ ਉਹ ਕਹਿੰਦੇ ਹੁੰਦੇ ਆ ਦੇਰ ਆਏ ਦਰੁਸਤ ਆਏ ਬਸ ਉਹੀ ਗੱਲ ਹੋਈ ਨਾ ਪਰ ਜੇ ਮੈਂ ਤਾਂ ਹਜੇ ਵੀ ਕਹਿਣਾ ਜੇ ਸੱਚੇ ਦਿਨ ਉਹ ਆਈ ਆ ਫਿਰ ਤਾਂ ਠੀਕ ਆ ਜੇ ਭਾਈ ਦੁਬਾਰੇ ਉਹ ਕੁਛ ਕਰਨਾ
ਫੇਰ ਤੋਂ ਮੈਂ ਤਾਂ ਪਹਿਲੀ ਮੈਂ ਕਦੇ ਵੀ ਐ ਜੀ ਗਲਤੀ ਕਰਦੀ ਉਹ ਸੁਣ ਤਾਂ ਤੂੰ ਪੈਰੀ ਪੈ ਜਾ ਗੱਲ ਮੁੱਕ ਗਈ ਇੱਥੇ ਨਾ ਬੰਦੇ ਤੇ ਕਾਸ਼ ਦੀ ਲੋੜ ਨਹੀਂ ਗਈ ਮੈਂ ਤਾਂ ਕਹਣਾ ਬੰਦਾ ਜੇ ਸੱਚੇ ਦਿਲੋਂ ਮਾਫੀ ਮੰਗ ਲੈਣਾ ਉਹਨੂੰ ਮਾਫੀ ਵੀ ਕਰ ਦੇਣਾ ਚਾਹੀਦਾ ਇਹ ਹਜੇ ਵੀ ਇਹ ਗੱਲ ਕਹਿੰਦੀ ਐ ਚੱਲ ਜੇ ਬਾਕੀ ਸਰੇ ਰਹੀ ਗੱਲ ਬਾਹਰ ਦੀ ਜਿਹਦਾ ਬਾਹਰ ਦਾ ਸੁਪਨਾ ਨਾ ਮੈਂ ਉਹ ਜ਼ਰੂਰ ਪੂਰਾ ਕਰੂੰਗਾ ਯਾਰ ਉਹਨੇ ਤਾਂ ਜਿਹੜੀ ਇਹਦੇ ਨਾਲ ਕਰਨ ਸੀ ਕਰਤੀ ਪਰ ਮੈਂ ਉਹ ਜੀ ਨਹੀਂ ਕਰਦਾ ਉਹਨੇ ਤਾਂ ਬਹੁਤ ਬੁਰੀ ਕਰਤੀ ਬਹੁਤ ਬੁਰੀ ਕਿਦੋਂ ਦੇ ਪਰ ਮੈਂ ਫੇਰ ਵੀ ਇਹਨੂੰ ਭਾਈ ਮੈਂ ਆਏ ਨਹੀਂ ਕਹਦਾ ਮੈਨੂੰ ਲੈ ਕੇ ਜਾਵੇ ਜੇ ਇਹਨੇ ਜਾਣਾਗਾ ਮੈਂ ਫੇਰ ਵੀ ਇਹਨੂੰ ਬਾਹਰ ਭੇਜੂਗਾ ਨਹੀਂ ਬੇਬੇ ਹੁਣ ਅਸੀਂ ਕਿਸੇ ਨਾ ਚੰਗੇ ਦੀ ਰਾਇ ਲੈ ਕੇ ਦੋਨਾਂ ਦੀ ਇਕੱਠਿਆਂ ਦੀ ਫਾਈਲ ਲਵਾਵਾਂਗੇ ਹੁਣ ਨਹੀਂ ਅਸੀਂ ਧੋਖਾ ਖਾਂਦੇ ਹੈਗੇ ਬਸ ਹਾਂ ਹਾਂ ਇਹ ਕਰ ਲਈ ਯਾਰ ਠੀਕ ਹੈ ਬੇਬੇ ਜੇ ਆਹੀ ਗੱਲ ਆ ਗਈ ਮੈਂ ਉਹਨੂੰ ਮਾਫ ਕੀਤਾ ਠੀਕ ਹੈ ਬਸ ਚਾਵਾ ਦੇ ਤੇਰੇ ਬਹੁਤ ਬਹੁਤ ਧੰਨਵਾਦ ਪਰ ਮਾਫੀ ਦੀ ਗੱਲ ਤਾਂ ਹੈ ਨਹੀਂ ਸੀ ਚੱਲ ਫੇਰ ਵੀ ਕਹਿੰਦੇ ਹੁੰਦੇ ਆ ਤੇਰੇ ਦੇ ਲਾਲਾ ਚਾਹੇ ਤੇ ਲਾਲਾ ਫਿਰ ਵੀ ਮੈਂ ਤਾਂ ਤੈਨੂੰ ਦੱਸਿਆ ਆਪਦਾ ਘਰ ਬਣਾ ਕੇ ਰੱਖਿਆ ਸੀਗਾ ਮੈਨੂੰ ਤਾਂ ਇਹ ਗੱਲ ਫਿਰ ਵੀ ਘਰ ਵਸਦਿਆਂ 'ਚ ਰਹਿ ਜੂਗਾ ਠੀਕ ਹੈ ਬੱਚੇ ਧੰਨਵਾਦ ਤੇਰਾ ਬਹੁਤ ਬਹੁਤ ਜਿਹਨੇ ਹਜੇ ਵੀ ਤੂੰ ਸੋਚਿਆ ਪਰ ਇਹਨੇ ਕੋਈ ਕਸਰ ਨਹੀਂ ਛੱਡੀ ਤੇਰੇ ਨਾਲ ਮੈਂ ਤਾਂ ਮੂੰਹ ਤੇ ਕਹਿਣੀ ਆ ਉਹ ਕਸਰ ਤਾਂ ਨਹੀਂ ਛੱਡੀ ਸੀ ਪਰ ਆਪ ਤਾਂ ਦੇਖ ਲੈਂਦੀ ਗਾਹਾਂ ਮੈਂ ਕੀ ਕਰੀ ਜਾਂਦੀ ਆ ਮੈਂ ਤਾਂ ਉਧਰ ਤੋਂ ਖਾਦਾ ਨਾਲੇ ਪੈਸੇ ਗਏ ਚੱਲ ਹੁਣ ਮੇਰੀ ਗੱਲ ਸੁਣ ਲਾ ਇਹ ਤਾਂ ਜਿਉਂਦਾ ਰਹੇ ਰਹਿੰਦੀ ਦੁਨੀਆ ਤਾਈਂ ਫਿਰ ਵੀ ਤੈਨੂੰ ਮਾਫ ਕਰਤਾ ਹੁਣ ਤੂੰ ਘਰ ਬੰਨ ਲਾ ਆਪਦਾ ਠੀਕ ਹੈ ਬੇਬੇ ਸਿਰੇ ਦਾ ਗੱਲ ਇਹ ਹੈ ਕੋਈ ਗੱਲ ਨਹੀਂ ਤਾਂ ਸੁਪਨਾ ਬਾਅਦ ਵਿੱਚ ਉਹਨਾਂ ਭੇਜ ਦੂੰਗਾ ਬਾਕੀ ਸਿਰੇ ਗੱਲ ਇਹ ਹੈ ਪਰਮਾਤਮਾ ਦਿੱਤਾ ਆਪਣੇ ਕੋਲ ਸਭ ਕੁਝ ਹੈ ਉਹੀ ਤਾਂ ਕਰ ਕਿਤੇ ਜਾਣ ਦੀ ਲੋੜ ਵੀ ਆ ਤਾਂ ਘਰੇ ਸਰਦਾਰ ਨਹੀਂ ਆ ਤੇ ਬਹਿ ਕੇ ਖਾਵੇ ਆਰਾਮ ਨਾਲ ਬਾਬਾ ਜੀ ਨਾਲ ਘਰੇ ਰਹਿ ਆਪਦਾ ਸੋ ਖੇਡੋ ਤੇ ਵਧੀਆ ਮੌਜ ਕਰੋ ਤੇਰੇ ਘਰੇ ਤੋੜਾ ਵੀ ਕਹਦਾ ਇੱਥੇ ਬਾਹਰ ਤਾਂ ਉਹ ਜਾਂਦੇ ਹੁੰਦੇ ਜਿਹਦੇ ਕੋਲ ਕੁਛ ਨਾ ਹੋਵੇ ਚਲੋ ਠੀਕ ਹੈ ਪੁੱਤ ਮੈਂ ਤਾਂ ਜਾਵਾਂ ਜਾਣਾ ਕਿੱਥੇ ਬੇਬੇ ਅੱਜ ਰਹਿ ਕੱਲ ਨੂੰ ਜਾਈ ਤੂੰ ਹਾਂ ਬੇਬੇ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਚਲ ਠੀਕ ਹੈ ਗਲਤੀ ਹੁੰਦੀ ਨੀ ਚੱਲ ਕੋਈ ਗੱਲ ਨੀ ਮੈਂ ਸਾਰਾ ਕੁਛ ਸੋਚ ਸਮਝ ਕੇ ਮਾਫ਼ ਕੀਤਾ ਵਿੱਚ ਬੰਦੇ ਤਾਂ ਮੈਨੂੰ ਬਥੇਰੇ ਕਹਿੰਦੇ ਸੀ ਕਹਿੰਦੇ ਤੂੰ ਗਲਤ ਦੁਬਾਰੇ ਨਾ ਹੋ ਕਰੀ ਉਹ ਚੱਲ ਫਿਰ ਵੀ ਮੈਂ ਤਾਂ ਕਹਿੰਦੇ ਬੰਦਾ ਨੀ ਵੱਡਾ ਹੁੰਦਾ ਪਰਮਾਤਮਾ ਦਾ ਵੱਡਾ ਕਿਹੜਾ ਹੋਇਆ ਬੰਦਾ ਤਾਂ ਕਹਿੰਦੇ ਕਦ ਪੁੱਤ ਲਈ ਆ ਚੱਲ ਆਪਾਂ ਸਾਰਾ ਕੁਛ ਸੋਚ ਸਮਝ ਕੇ ਆਪਾਂ ਇਹਨੂੰ ਮਾਫ਼ ਕੀਤਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹੁਣੇ ਹੁਣ ਤੁਸੀਂ ਸਾਡੇ ਵੀਡੀਓ ਦੇਖ ਕੇ ਹਟੇ ਆ ਤੇ ਵੀਡੀਓ ਤੁਸੀਂ ਦੇਖੇ ਹੀ ਅੱਜ ਕੱਲ੍ਹ ਕਿਵੇਂ ਧੋਖਾ ਹੋਇਆ ਇਹ ਧੋਖਿਆਂ ਤੋਂ ਜ਼ਰੂਰ ਬਚਿਆ ਕਰੋ ਅਤੇ ਸਾਨੂੰ ਇੱਕ ਮੇਰੇ ਬਾਈ ਜਿਹੜੇ ਸਾਨੂੰ ਕਮੈਂਟ ਕਰਦੇ ਆ ਕੁਲਵਿੰਦਰ ਸਿੰਘ ਜੀ ਇੱਕ ਕੁਲਵਿੰਦਰ ਸਿੰਘ ਜੀ ਗੁਮਟੀ ਕਲਾ ਇੱਕ ਸੋਨਾ ਸਿੰਘ ਜੀ ਤੁੰਗਾਲੀ ਲਾਭ ਸਿੰਘ ਜੀ ਦੰਦੀ ਵਾਲਾ ਅਤੇ ਹੋਰ ਵੀ ਮੇਰੇ ਭੈਣ ਭਾਈ ਜਿਹੜੇ ਸਾਨੂੰ ਕਮੈਂਟ ਕਰਦੇ ਆ ਸਭ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਅਤੇ ਕਈਆਂ ਦੇ ਨਾਂ ਨਹੀਂ ਵੀ ਬੋਲੇ ਜਾਂਦੇ ਆਏ ਨਾ ਕਹਿ ਦਿਓ ਸਾਡਾ ਨਾਂ ਨਹੀਂ ਬੋਲਿਆ ਜਾਂਦਾ ਅਸੀਂ ਉਹਦਾ ਵੀ ਨਾਂ ਬੋਲਦੇ ਹਾਂ ਜਿੰਨੇ ਕੁ ਮੇਰੇ ਮੂੰਹ 'ਚ ਮੈਂ ਇਜਾਜ਼ਤ ਸੀ ਉਨੇ ਕੁ ਮੈਂ ਬੋਲਦੇ ਅੱਜ ਮੋਬਾਇਲ ਮੇਰੇ ਕੋਲ ਹੈ ਨਹੀਂ ਸੀਗਾ ਇਸ ਕਰਕੇ ਮੈਂ ਸਾਰਿਆਂ ਨੂੰ ਨਹੀਂ ਬੋਲੇ ਅਤੇ ਜਿੰਨੇ ਕੁ ਮੇਰੇ ਇਜਾਜ਼ਤ ਸੀ ਉਨੇ ਕੁ ਮੈਂ ਬੋਲਤੇ ਅਤੇ ਵੀਡੀਓ ਵਿੱਚ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਵੀ ਅੱਜ ਕੱਲ੍ਹ ਆਪਣੇ ਨਾਲ ਕੈਨੇਡਾ ਬੰਦੇ ਜਾਂਦੇ ਆ ਨਾ ਸਭ ਨਾਲ ਇਹੀ ਹੋ ਰਿਹਾ ਹੈਗਾ ਕੋਈ ਨਜਾਇਜ਼ ਧੱਕਾ ਹੋ ਰਿਹਾ ਆਪਣੇ ਨਾਲ ਵੀ ਕੋਈ ਕਿਸੇ ਨੂੰ ਕਿਵੇਂ ਫਸਾਇਆ ਜਾ ਰਿਹਾ ਕਿਸੇ ਨੂੰ ਕਿਵੇਂ ਕਰਕੇ ਫਸਾਇਆ ਜਾ ਰਿਹਾ ਹੈ ਪਰ ਆਪਾਂ ਇਹ ਕਹਿੰਦੇ ਹਾਂ ਕਿ ਜੇ ਕਿਸੇ ਦਾ ਸੁਪਨਾ ਹੈਗਾ ਬਾਹਰ ਜਾਣ ਦਾ ਵੀ ਆਪਦੇ ਦਮ 'ਤੇ ਜਾਓ ਕਿਉਂ ਆਪਾਂ ਪਹਿਲਾਂ ਕਿਸੇ ਦੇ ਪੈਸੇ ਲਵਾ ਲੈਂਦੇ ਹਾਂ ਬਾਅਦ 'ਚ ਆਪ ਬੰਦਾ ਬਾਹਰ ਵਗ ਜਾਂਦਾ ਮੁੜ ਕੇ ਘਰਦਿਆਂ ਨਾਲ ਕਿਸੇ ਕਰੇਜ਼ ਪੈ ਜਾਂਦਾ ਇਹਨਾਂ ਗੱਲਾਂ ਤੋਂ ਬਚੋ ਅਤੇ ਬਾਕੀ ਸਿਰੇ ਜਿਹਦੇ ਕੋਲ ਭਾਈ ਜ਼ਿਆਦਾ ਹੈਗਾ ਇੱਥੇ ਗੁਜਾਇਸ਼ ਦਾ ਅਤੇ ਆਪਦਾ ਆਪਦੇ ਦਮ 'ਤੇ ਜਾਓ ਆਪਾਂ ਤਾਂ ਇਹ ਗੱਲ ਕਹਿੰਦੇ ਹਾਂ ਜੇ ਜਾਣੀ ਜ਼ਰੂਰ ਆ ਨਹੀਂ ਆਪਦਾ ਇੱਥੇ ਮੈਂ ਕਹਿੰਦਾ ਕੰਮ ਕਾਰ ਤੋਰ ਲਓ ਹੁਣ ਕੈਨੇਡਾ 'ਚ ਕਹਿੰਦੇ ਆ ਵੀ ਬਹੁਤ ਬੁਰਾ ਹਾਲ ਚੱਲੀ ਜਾਂਦਾ ਅਤੇ ਜਾਣੀ ਹੈ ਤਾਂ ਹੋਰ ਕੰਟਰੀ 'ਚ ਵਗ ਜਾਓ ਕੈਨੇਡਾ 'ਚ ਤਾਂ ਕਹਿੰਦੇ ਹੁਣ ਬਹੁਤ ਕੁਛ ਹੋ ਜਾਂਦਾ ਨਾ ਜਾਓ ਅੱਗੇ ਭਾਈ ਤੁਹਾਡੀ ਮਰਜ਼ੀ ਆ ਅਤੇ ਇਹ ਆਪਣਾ ਚੈਨਲ ਆ ਚਾਰਨਾ ਵਾਲਿਆਂ ਵਾਲੇ ਅਤੇ ਇੱਕ ਆਪਣਾ ਚੈਨਲ ਆ ਚਾਰਨਾ ਸਰਪੰਚ ਆ ਅਤੇ ਇਹਨਾਂ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰਿਆ ਕਰੋ ਆਪਾਂ ਪਰਿਵਾਰਕ ਵੀਡੀਓ ਪਾਉਣੇ ਅਤੇ ਪਰਿਵਾਰਕ ਹੀ ਪਾਉਂਦੇ ਰਹਾਂਗੇ ਇੱਕ ਗੱਲ ਜ਼ਰੂਰ ਮੈਂ ਵੀਡੀਓ 'ਚ ਕਿਹਾ ਸੀਗਾ ਵੀ ਆਹ ਦੰਦਾਂ ਬਾਰੇ ਜ਼ਰੂਰ ਕਿਹਾ ਸੀਗਾ ਆਪਦੇ ਦੰਦ ਕੀ ਨਹੀਂ ਦੇਖਿਆ ਵੀ ਥੱਲੜੇ ਬਾਹਰ ਆ ਮੇਰੇ ਸੱਟੂ ਵੀ ਥੱਲੜੇ ਦੰਦ ਬਾਹਰ ਆ ਇਹ ਜ਼ਰੂਰ ਮੈਨੂੰ ਕਮੈਂਟ ਰਾਹੀਂ ਦੱਸਿਓ ਵੀ ਕਿਹਦੀ ਕਿਹਦੇ ਬਾਹਰ ਆ ਅਤੇ ਧਿਆਨ ਦਿਓ ਸਤਿ ਸ਼੍ਰੀ ਅਕਾਲ ਜੀ